ਬਿਲਕੁਲ ਅਮਰ ਤੋਂ ਸਵਾਗਤ ਕਰਦੇ ਦਰਸ਼ਕਾਂ ਦਾ ਫੈਸਲਾ ਦੇਸ਼ ਦਾ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਨਤੀਜੇ ਨਤੀਜਿਆਂ ਵਿੱਚ ਰੁਝਾਨ ਜਿਹੜੇ ਹੈਗੇ ਬਦਲਣ ਲੱਗੇ ਆ 5.5 ਲੱਖ ਤੋਂ ਵਧੇਰੇ ਵੋਟਾਂ ਦੇ ਨਾਲ ਅਮਿਤ ਸ਼ਾਹ ਆਪਣੀ ਸੀਟ ਜਿੱਤ ਗਏ ਨੇ ਰਾਹੁਲ ਗਾਂਧੀ ਵਾਇਨਾਡ ਸੀਟ ਜਿੱਤ ਗਏ ਨੇ ਅਮੇਠੀ ਸੀਟ ਤੇ ਜਿਹੜੇ ਹੈਗਾ ਉਹਨਾਂ ਨੇ ਸਮ੍ਰਿਤੀ ਇਰਾਨੀ ਨੂੰ ਵਧਾਈ ਦੇ ਦਿੱਤੀ ਹੈ ਨਤੀਜੇ ਹਾਲਾਂਕਿ ਅਨਾਊਂਸ ਹੋਣੇ ਹਜੇ ਬਾਕੀ ਨੇ ਪਰ ਉਹਨਾਂ ਨੇ ਵਧਾਈ ਪਹਿਲਾਂ ਹੀ ਦਿੱਤੀ ਹੈ ਨਾਲ ਹੀ ਅਸਤੀਫੇ ਦੀ ਪੇਸ਼ਕਸ਼ ਵੀ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਅਜਿਹੀ ਖਬਰਾਂ ਵੀ ਜਿਹੜੀਆਂ ਨੇ ਉਹ ਸਾਹਮਣੇ ਆ ਰਹੀ ਨੇ ਖਾਸ ਪੈਨਲ ਸਾਡੇ ਨਾਲ ਮੌਜੂਦ ਹੈ ਤਾਰਫ ਕਰਵਾ ਦਿੰਦੇ ਤੁਹਾਡਾ ਹਰਜੀਤ ਭੁੱਲਰ ਸਾਹਿਬ ਬੀਜੇਪੀ ਸਾਡੇ ਨਾਲ ਮੌਜੂਦ ਨੇ ਭੁੱਲਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਾਜੀਵ ਗੁਦਾਰਾ ਸਾਹਿਬ ਸਵਰਾਜ ਇੰਡੀਆ ਤੋਂ ਸਾਡੇ ਨਾਲ ਮੌਜੂਦ ਨੇ ਰਾਜੀਵ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਸੁਰਜੀਤ ਸਿੰਘ ਸਵੈ ਸਾਹਿਬ ਕਾਂਗਰਸ ਪਾਰਟੀ ਸਾਡੇ ਨਾਲ ਮੌਜੂਦ ਨੇ ਸਵੈ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਇਸ ਚਰਚਾ ਦੇ ਵਿੱਚ ਵਿਕਰਮਜੀਤ ਸਿੰਘ ਸੀਨੀਅਰ ਜਰਨਲਿਸਟ ਸਾਡੇ ਨਾਲ ਮੌਜੂਦ ਨੇ ਤੇ ਮੇਰੇ ਸਹਿਯੋਗੀ ਕੇਪੀ ਸਿੰਘ ਸਾਡੇ ਨਾਲ ਮੌਜੂਦ ਨੇ ਕੇਪੀ ਤੁਹਾਡਾ ਵੀ ਸਵਾਗਤ ਹੈ ਵਿਕਰਮਜੀਤ ਤੁਹਾਡਾ ਵੀ ਸਵਾਗਤ ਹੈ ਇੱਕ ਵਾਰ ਤੇ ਸਵਾਲ ਸਿੱਧਾ ਸਿੱਧਾ ਸਵੈਤ ਸਾਹਿਬ ਇਹ ਅਸਤੀਫੇ ਦੀ ਪੇਸ਼ਕਸ਼ ਹੋ ਗਈ ਹੈ ਅਸਤੀਫਾ ਹੋਏਗਾ ਕਦੋਂ ਜਾਂ ਸਿਰਫ ਇਹ ਵੀ ਇੱਕ ਲੋਲੀਪੋਪ ਹੈਗਾ ਵਰਕਰਾਂ ਦੇ ਲਈ ਕਿ ਦੇਖੋ ਮੈਂ ਆਹ ਵੀ ਕਰ ਸਕਦਾ ਨਹੀਂ ਦੇਖੋ ਨੈਸ਼ਨਲ ਲੈਵਲ 'ਤੇ ਨਾ ਜੀ ਜਿੱਡੀ ਵੱਡੀ ਹਾਰ ਹੋਈ ਹੈ ਇਹ ਇਹਦੇ ਨਾਲ ਕਾਫੀ ਕੁਛ ਜਿਹੜੀ ਹੈਗੀ ਹੈ ਪਾਰਟੀ ਨੂੰ ਕੋਰਸ ਕਰੈਕਸ਼ਨ ਕਰਨ ਦੀ ਜਿਹੜੀ ਹੈਗੀ ਹੈ ਉਹ ਲੋੜ ਪੈਣੀ ਹੈ ਅਤੇ ਰਾਹੁਲ ਗਾਂਧੀ ਜੀ ਬੜੇ ਅੱਛੇ ਇਨਸਾਨ ਨੇ ਪਾਰਟੀ ਦੇ ਹਮੇਸ਼ਾ ਹਿੱਤ ਦੀ ਗੱਲ ਕਰਦੇ ਨੇ ਅਗਰ ਉਹਨਾਂ ਨੇ ਪਾਰਟੀ ਦੇ ਵਾਸਤੇ ਆਪਣੇ ਅਸਤੀਫੇ ਦੀ ਆਫਰ ਕੀਤੀ ਹੈ ਬੀਂਗ ਕਮਾਂਡਰ ਇਨ ਚੀਫ ਐਡੀ ਵੱਡੀ ਜੰਗ ਦੇਖੋ ਸੀਗੀ ਇਹ ਹਾਰਨ ਤੋਂ ਬਾਅਦ ਉਹਨਾਂ ਨੇ ਪਾਰਟੀ ਦੇ ਹਿੱਤ ਵਿੱਚ ਇਹ ਕੀਤਾ ਜੋ ਕੀਤਾ ਅੱਗੇ ਜੋ ਫੈਸਲੇ ਹੋਣਗੇ ਪਾਰਟੀ ਨੇ ਕੀ ਕਰਨਾ ਅੱਗੇ ਲੈਟ ਸੀ ਕੀ ਚੱਲਦਾ ਅੱਗੇ ਭੁੱਲਰ ਸਾਹਿਬ ਵਧਾਈਆਂ ਤੁਹਾਨੂੰ ਸਾਰੀ ਦੁਨੀਆ ਦੇ ਰਹੀ ਹੈ ਪਾਕਿਸਤਾਨ ਤੋਂ ਵੀ ਵਧਾਈ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੀਜੇਪੀ ਅਤੇ ਉਹਨਾਂ ਦੀ ਗੜਚੋੜ ਦੀ ਜਿੱਤੇ ਵਧਾਈ ਦਿੰਦਾ ਅਤੇ ਨਾਲ ਇਹ ਸੋਚ ਰਿਹਾ ਸੀ ਕਿ ਭਵਿੱਖ ਵਿੱਚ ਅਮਨੋ ਅਮਾਨ ਦੇ ਲਈ ਅਸੀਂ ਕੰਮ ਕਰਾਂਗੇ ਬੀਜੇਪੀ ਇਸ ਵਧਾਈ ਨੂੰ ਸਵੀਕਾਰ ਕਰਦੀ ਹੈ ਪਹਿਲਾਂ ਤੁਹਾਨੂੰ ਸਾਰਿਆਂ ਨੇ ਵਧਾਈ ਔਰ ਦੇਖੋ ਵਧਾਈ ਜਿਹੜੀ ਹੈ ਕਹਿੰਦੇ ਵੀ ਕਿਸੇ ਸੁੱਖ ਔਰ ਦੁੱਖ ਦੇ ਵਿੱਚ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਔਰ ਮੇਰਾ ਖਿਆਲ ਹੈ ਕਿ ਅਗਰ ਕਿਸੇ ਨੇ ਵਧਾਈ ਦਿੱਤੀ ਹੈ ਅਤੇ ਉਹਨੂੰ ਐਕਸੈਪਟ ਕਰਨਾ ਚਾਹੀਦਾ ਔਰ ਖਿੜੇ ਮੱਥੇ ਲੈਣਾ ਚਾਹੀਦਾ ਇਹ 'ਚ ਕੋਈ ਗਿਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ ਪਰ ਹਾਂ ਜਿਹੜੀ ਉਹਨਾਂ ਨੇ ਅੱਗੇ ਗੱਲ ਕਹੀ ਹੈ ਕਿ ਅੱਗੇ ਅਮਨੋ ਅਮਾਨ ਦੀ ਗੱਲ ਜਿਹੜੀ ਹੈ ਇਹ ਮੇਰਾ ਖਿਆਲ ਹੈ ਵੀ ਸਾਡੇ ਨਾਲੋਂ ਜ਼ਿਆਦਾ ਉਹਨਾਂ ਨੂੰ ਵਿਚਾਰਨ ਦੀ ਲੋੜ ਹੈ ਵੀ ਅੱਗੇ ਉਹਨਾਂ ਨੇ ਹੁਣ ਅਮਨ ਬਣਾ ਕਿਸ ਤਰ੍ਹਾਂ ਰੱਖਣਾ ਔਰ ਕਿਸ ਤਰ੍ਹਾਂ ਦੇ ਤਾਲੁਕਾ ਜਿਹੜੇ ਨੇ ਹਿੰਦੁਸਤਾਨ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਔਰ ਇਹਨਾਂ ਤੋਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਲੈ ਕੇ ਚੱਲਣਾ ਇਹੀ ਇਮਰਾਨ ਖਾਨ ਇਲੈਕਸ਼ਨ ਜੋ ਚੱਲ ਰਹੇ ਸੀ ਉਸ ਵੇਲੇ ਇੱਕ ਇਹਨਾਂ ਨੇ ਬਿਆਨ ਦਿੱਤਾ ਸੀ ਕਿ ਜੇਕਰ ਬੀਜੇਪੀ ਸਰਕਾਰ ਦੁਬਾਰਾ ਬਣੇਗੀ ਤਾਂ ਅਸੀਂ ਗੱਲਬਾਤ ਅੱਗੇ ਤੋਰ ਸਕਦੇ ਹਾਂ ਇਸ ਤਰੀਕੇ ਦਾ ਕੁਝ ਬਿਆਨ ਸੀਗਾ ਉਸ 'ਤੇ ਕੋਈ ਬੀਜੇਪੀ ਨੇ ਉਸ ਵੇਲੇ ਪ੍ਰਤੀਕਰਮ ਨਹੀਂ ਦਿੱਤਾ ਸੀ ਦੇਖੋ ਕੋਈ ਵਜ੍ਹਾ ਸੀਗੀ ਖਾਸ ਨਹੀਂ ਐਸਾ ਕੋਈ ਵਜ੍ਹਾ ਨਹੀਂ ਸੀਗੀ ਕਿਉਂਕਿ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਸੀਗਾ ਉਦੋਂ ਟਾਈਮ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਕਰਨੀ ਜਿਹੜੀ ਸੀਗੀ ਮੈਨੂੰ ਲੱਗਦਾ ਵਾਜਬ ਨਹੀਂ ਸੀ ਔਰ ਬੜਾ ਕਲੀਅਰ ਹੈਗਾ ਵੀ ਜਿਹੜੇ ਤੁਹਾਡੇ ਪੜੋਸੀ ਨੇ ਉਹ ਹਮੇਸ਼ਾ ਇਹ ਚਾਹੁੰਦੇ ਹੁੰਦੇ ਆ ਵੀ ਜਿਹੜਾ ਨਾਲ ਦਾ ਗੁਆਂਢੀ ਹੈ ਉਹ ਘੱਟੋ ਘੱਟ ਉਹਦੇ ਵਿੱਚ ਕੋਈ ਨਾ ਕੋਈ ਐਸਾ ਪਰਿਵਾਰਕ ਮੈਂਬਰ ਹੋਵੇ ਜਿਹਦੇ ਨਾਲ ਅਸੀਂ ਵਨ ਟੂ ਵਨ ਗੱਲ ਕਰ ਸਕੀਏ ਸਾਨੂੰ ਜੇ ਕੋਈ ਸਾਡੇ ਵਿੱਚ ਕੋਈ ਵਖਰੇਵਾਂ ਆਉਂਦਾ ਤੇ ਅਸੀਂ ਕਿਸੇ ਨਾਲ ਗੱਲ ਕਰ ਸਕੀਏ ਉਹਨਾਂ ਨੂੰ ਲੱਗਦਾ ਹੈ ਕਿ ਭੁੱਲਰ ਸਾਹਿਬ ਮੈਨੂੰ ਇਹ ਲੱਗਦਾ ਹੁਣ ਤਾਂ ਤੁਹਾਡੇ ਬਿਆਨ ਵੀ ਬਦਲਦੇ ਨਜ਼ਰ ਆ ਰਹੇ ਮੈਨੂੰ ਲੱਗਦਾ ਕਿ ਵੋਟਾਂ ਨੇ ਤੁਸੀਂ ਪਾਕਿਸਤਾਨ ਨੂੰ ਵਰਤ ਲਿਆ ਹੁਣ ਪਾਕਿਸਤਾਨ ਨਾਲ ਸ਼ਾਂਤੀ ਦੀ ਗੱਲ ਅੱਛਾ ਗਵਾਂਢੀ ਚੰਗਾ ਮੁਲਕ ਹੋਵੇ ਪਾਕਿਸਤਾਨ ਇਮਰਾਨ ਖਾਨ ਨਾਲ ਗੱਲਬਾਤ ਹੋਵੇਗੀ ਇਹੋ ਜਿਹੀਆਂ ਗੱਲਾਂ ਹੁਣ ਤੁਹਾਡੇ ਮੂੰਹੋਂ ਸੁਣਨ ਨੂੰ ਮਿਲ ਗਈਆਂ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਕੋਈ ਇਹੋ ਜਿਹੀ ਗੱਲਾਂ ਕਰ ਰਹੇ ਹਾਂ ਲੇਕਿਨ ਅਸੀਂ ਇੱਕ ਆਪਣੀ ਰਾਏ ਰੱਖੀ ਹੈ ਔਰ ਇਹ ਇੱਕ ਸਲਾਹ ਦਿੰਦੇ ਹਾਂ ਕਿ ਅਗਰ ਤੁਸੀਂ ਗਵਾਂਢੀ ਜਿਹੜੇ ਨੇ ਚੰਗੇ ਰਹਿਣਗੇ ਤਾਂ ਚੰਗੀ ਗੱਲ ਹੈਗੀ ਆ ਨਹੀਂ ਤੇ ਫਿਰ ਜੋ ਪਿਛਲੀ ਸਰਕਾਰ ਨੇ ਵਿਕਰਮਜੀਤ ਇਹੀ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਵਿਕਰਮਜੀਤ ਇਹਨਾਂ ਨੇ ਪਾਕਿਸਤਾਨ ਦਾ ਏਜੰਡਾ ਵਰਤ ਕੇ ਇਸ ਇਲੈਕਸ਼ਨ ਕੰਪੇਨ ਨੂੰ ਆਪਣੇ ਮਕਸਦ ਲਈ ਸਫਲ ਕਰ ਲਿਆ ਤੁਸੀਂ ਇਸ ਨਾਲ ਫਕਰ ਨਹੀਂ ਮੈਂ ਬਿਲਕੁਲ ਇਹਦੇ ਨਾਲ ਸਹਿਮਤ ਹਾਂ ਕਿਉਂਕਿ ਤੁਸੀਂ ਦੇਖੋ ਕਿ ਪੁਲਵਾਮਾ ਤੋਂ ਪਹਿਲਾਂ ਮੋਦੀ ਜੀ ਦੀ ਜਿਹੜੀ ਪੋਲੀਟੀਕਲ ਮੋਮੈਂਟਮ ਸੀ ਉਹ ਸਲਾਈਡ ਕਰ ਰਿਹਾ ਸੀ ਹੇਠਾਂ ਆ ਰਿਹਾ ਸੀਗਾ ਓਪੋਜੀਸ਼ਨ ਦਾ ਨੈਰੇਟਿਵ ਵਾਸ ਗੇਨਿੰਗ ਕ੍ਰੈਡੀਬਿਲਿਟੀ ਐਂਡ ਡੋਮੀਨੇਟਿੰਗ ਦ ਪੋਲੀਟੀਕਲ ਡਿਸਕੋਰਸ ਪੁਲਵਾਮਾ ਦੇ ਬਾਅਦ ਉਹਨਾਂ ਨੇ ਬਾਲਾਕੋਟ 'ਤੇ ਅਟੈਕ ਕੀਤਾ ਉਹਦੇ ਬਾਅਦ ਉਹਨਾਂ ਨੇ ਮੀਡੀਆ ਦੀ ਹੈਲਪ ਦੇ ਨਾਲ ਪੂਰਾ ਨੈਰੇਟਿਵ ਨੈਸ਼ਨਲ ਸਿਕਿਉਰਿਟੀ ਐਂਟੀ ਪਾਕਿਸਤਾਨ 'ਤੇ ਸੈਂਟਰ ਕਰਤਾ ਔਰ ਉਹਦੇ ਬਾਅਦ ਕੀ ਹੋਇਆ ਕਿ ਜਿਹੜੇ ਲੋਕਾਂ ਦੇ ਬੇਸਿਕ ਇਸ਼ੂ ਸੀ ਔਫ ਜੋਬਲੈਸਨੈਸਨੈਸ ਫਾਰਮ ਡਿਸਟ੍ਰੈਸ ਰੂਰਲ ਸੁਸਾਈਡਸ ਡੀਮੋਨਟਾਈਜੇਸ਼ਨ ਪੋਰ ਇੰਪਲੀਮੈਂਟੇਸ਼ਨ ਆਫ GST ਉਹ ਸਾਈਡ 'ਤੇ ਹੋ ਗਏ ਅਤੇ ਨੈਸ਼ਨਲ ਸਿਕਿਉਰਿਟੀ ਪਾਕਿਸਤਾਨ ਬਸ ਇਹ ਡੋਮੀਨੇਸ਼ਨ ਵਿੱਚ ਆ ਗਿਆ ਮਸੂਦ ਅਜ਼ਹਰ ਦੀ ਲਿਸਟਿੰਗ ਦੀਜ਼ ਆਰ ਦ ਇਸ਼ੂਜ਼ ਵਿੱਚ ਕੇਮ ਔਰ ਉਹਦੇ ਨਾਲ ਇਹ ਹੋਇਆ ਕਿ ਮੋਦੀ ਸਾਹਿਬ ਦਾ ਜਿਹੜਾ ਪੋਲੀਟੀਕਲ ਮੋਮੈਂਟਮ ਸੀ ਜਿਹੜਾ ਡਾਊਨ ਜਾ ਰਿਹਾ ਸੀ ਉਹ ਰਿਵਰਸ ਹੋ ਕੇ ਰਾਈਜ਼ ਕਰਨ ਲੱਗ ਗਿਆ ਔਰ ਉਹ ਉਸ ਨੈਰੇਟਿਵ ਨੂੰ ਲੈ ਕੇ ਅੱਜ ਉਹ ਇਲੈਕਸ਼ਨ ਇੰਨੀ ਵੱਡੀ ਮੈਜੋਰਿਟੀ ਲੈ ਕੇ ਆ ਰਹੇ ਨੇ ਔਰ ਤੁਹਾਨੂੰ ਇਹ ਯਾਦ ਹੋਏਗਾ ਕਿ ਇਮਰਾਨ ਖਾਨ ਨੇ ਬੜੀ ਇੱਕ ਮਾਈਲਡ ਸਟੇਟਮੈਂਟ ਨਹੀਂ ਦਿੱਤੀ ਸੀ ਇਮਰਾਨ ਖਾਨ ਨੇ ਕਿਹਾ ਸੀ ਕਿ ਆਈ ਹੋਪ ਮਿਸਟਰ ਮੋਦੀ ਵਿਨਸ ਦੀ ਇਲੈਕਸ਼ਨ ਅਗਰ ਇਮਰਾਨ ਖਾਨ ਨੇ ਕਾਂਗਰਸ ਜਾਂ ਕਿਸੇ ਹੋਰ ਬਾਰੇ ਆਮ ਆਦਮੀ ਪਾਰਟੀ ਬਾਰੇ ਕਿਹਾ ਹੁੰਦਾ ਕਿ ਮੈਂ ਚਾਹੁੰਦਾ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਇਲੈਕਸ਼ਨ ਜਿੱਤੇ
ਤਾਂ ਬੀਜੇਪੀ ਵਾਲਿਆਂ ਨੇ ਇਮੀਡੀਏਟਲੀ ਕਹਿਣ ਲੱਗਦੇ ਦੇਸ਼ ਦਰੋਹੀ ਹੈ, ਇਹ ISI ਕੇ ਸਾਥ ਮਿਲੇ ਹੋਏ ਹੈ। ਤੁਹਾਨੂੰ ਯਾਦ ਹੋਏਗਾ ਗੁਜਰਾਤ ਅਸੈਂਬਲੀ ਇਲੈਕਸ਼ਨ ਦੇ ਦੌਰਾਨ ਮੋਦੀ ਜੀ ਨੇ ਸਟੇਟਮੈਂਟ ਦਿੱਤੀ ਸੀ ਕਿ ਪ੍ਰਾਈਮ ਮਿਨਿਸਟਰ ਜਿਹੜੇ ਫਾਰਮਰ ਮਨਮੋਹਨ ਸਿੰਘ ਨੇ ਉਹ ਪਾਕਿਸਤਾਨ ਨਾਲ ਮਿਲ ਕੇ ਕੌਨਸਪਰੇਸੀ ਕਰ ਰਹੇ ਮੇਰੇ ਖਿਲਾਫ਼ ਇਨ ਦੀ ਇਲੈਕਸ਼ਨ, ਔਰ ਬਾਅਦ 'ਚ ਅਪਰੂਵ ਹੋਇਆ ਸੀ ਕਿ ਉਹ ਮੀਟਿੰਗ ਵਿੱਚ ਕੋਈ ਦਮ ਨਹੀਂ ਸੀ ਜੋ ਮੋਦੀ ਜੀ ਦਾ ਐਲੀਗੇਸ਼ਨ ਸੀਗਾ। ਸੋ ਇਹਨਾਂ ਦੀ ਜਿਹੜੀ ਇਹ ਨੈਸ਼ਨਲਿਜ਼ਮ ਹੈ ਇਹ ਡਬਲ ਗੇਮ ਖੇਡਦੇ ਨੇ, ਕੋਈ ਹੋਰ ਕਰੇ ਤਾਂ ਉਹ ਐਂਟੀ ਨੈਸ਼ਨਲ ਹੈ, ਅਗਰ ਇਹ ਆਪ ਕਰਨ ਤਾਂ ਨੈਸ਼ਨਲਿਜ਼ਮ ਹੈ ਇਹਨਾਂ ਦਾ। ਸੋ ਇਹ ਹੁਣ ਇਮਰਾਨ ਖਾਨ ਨੇ ਵੀ ਇਹ ਵੀ ਕਿਹਾ ਸੀਗਾ ਕਿ ਮੈਂ ਇਲੈਕਸ਼ਨਾਂ ਦੀ ਵੇਟ ਕਰ ਰਿਹਾ ਉਹ ਖਤਮ ਹੋ ਜਾਣ ਅਤੇ ਉਹਦੇ ਬਾਅਦ ਮੋਦੀ ਜੀ ਮੇਰੇ ਨਾਲ ਗੱਲਬਾਤ ਸ਼ੁਰੂ ਕਰ। ਮੈਂ ਥੋੜ੍ਹਾ ਐਡ ਆਨ ਕਰਨਾ ਚਾਹੁੰਦਾ ਵਿਕਰਮ ਜੀ, ਤਾਂ ਹੁਣ ਨਤੀਜੇ ਆ ਗਏ ਆ, ਸਭ ਕੁਝ ਹੋ ਗਿਆ, ਭਾਰਤ ਪਾਕਿਸਤਾਨ ਦੇ ਵਿਚਾਲੇ ਦੁਵੱਲੇ ਸੰਬੰਧਾਂ ਜਿਹੜੀ ਗੱਲਬਾਤ ਚੱਲ ਰਹੀ ਸੀ ਉਸਨੂੰ ਕੁਝ ਬੂਰ ਪਵੇਗਾ, ਉਹ ਅੱਗੇ ਤੁਰੇਗੀ? ਨਹੀਂ, ਉਸ ਵਿੱਚ ਪੈ ਸਕਦੀ ਹੈ, ਕਿਉਂਕਿ ਤੁਹਾਨੂੰ ਇਹ ਮਾਈਂਡਫੁਲ ਰੱਖਣਾ ਹੈ ਕਿ ਬੜੇ ਵੱਡੇ ਜਿਹੜੇ ਨੇਸ਼ਨਸ ਨੇ ਉਹ ਕੀ ਨੇ ਕਿ ਪਾਕਿਸਤਾਨ ਇੰਡੀਆ ਵਿੱਚ ਕੁਛ ਸਟੈਬਿਲਿਟੀ ਆਏ, ਉਹਦੇ ਵਿੱਚ US ਵੀ ਇਨਵੋਲਵਡ ਹੈ, ਰਸ਼ੀਆ ਵੀ ਇਨਵੋਲਵਡ ਹੈ, ਚਾਈਨਾ ਵੀ ਇਨਵੋਲਵਡ ਹੈ, ਔਰ ਚਾਈਨਾ ਸਪੈਸ਼ਲੀ ਇਨਵੋਲਵਡ ਹੈ ਕਿਉਂਕਿ ਚਾਈਨਾ ਦੇ ਜਿਹੜੇ ਇਕਨੋਮਿਕ ਔਰ ਸਟ੍ਰੈਟੇਜਿਕ ਕੋਰੀਡੋਰ ਨੇ ਥਰੂ ਪਾਕਿਸਤਾਨ ਐਂਡ ਅਫਗਾਨਿਸਤਾਨ, ਉਹ ਡਿਪੈਂਡੈਂਟ ਨੇ ਔਨ ਇੰਡੋ ਪਾਕ ਸਟੈਬਿਲਿਟੀ, ਰੀਜਨਲ ਸਟੈਬਿਲਿਟੀ ਚਾਈਨਾ ਬਾਰ ਬਾਰ ਕਹਿੰਦੀ ਹੈ। ਸੋ ਇਹ ਗੱਲ ਪੱਕੀ ਹੈ ਕਿ US ਦਾ ਵੀ ਪ੍ਰੈਸ਼ਰ ਹੈ, ਸਾਊਦੀ ਅਰੇਬੀਆ ਦਾ ਵੀ ਪ੍ਰੈਸ਼ਰ ਹੈ, UAE ਦਾ ਵੀ ਪ੍ਰੈਸ਼ਰ ਹੈ ਕਿ ਪਾਕਿਸਤਾਨ ਇੰਡੀਆ ਵਿੱਚ ਕੋਈ ਡਾਇਲੋਗ ਹੋਏ ਔਰ ਕੁਛ ਰੀਜਨਲ ਸਟੈਬਿਲਿਟੀ ਔਰ ਪੀਸ ਆਏ। UN ਦੇ ਦੋ ਸਿਕਿਉਰਿਟੀ ਐਕਸਪਰਟਸ ਨੇ ਕੱਲ੍ਹ ਰਿਐਕਸ਼ਨ ਦਿੱਤਾ ਹੈ ਕਿ ਅਸੀਂ ਇਸ ਪਰਟੀਕੁਲਰ, ਵੈਸੇ ਤਾਂ ਪੂਰੇ ਵਰਲਡ ਦੇ ਬਾਰੇ ਉਹਨਾਂ ਨੇ ਦਿੱਤਾ ਹੈ ਕਿ ਵਰਲਡ ਵਾਰ 2 ਦੇ ਮੁਕਾਬਲੇ ਇਸ ਵੇਲੇ ਜਿਹੜਾ ਹੈਗਾ ਨਿਊਕਲੀਅਰ ਅਟੈਕਸ ਦਾ ਜਿਹੜਾ ਖਤਰਾ ਹੈਗਾ ਉਹ ਜ਼ਿਆਦਾ ਹੈ, ਔਰ ਖਾਸ ਕਰਕੇ ਸਾਊਥ ਏਸ਼ੀਅਨ ਰੀਜਨ ਜਿਹੜਾ ਹੈਗਾ ਇਸ ਦੇ ਵਿੱਚ ਇੰਡੋ ਪਾਕ ਦੇ ਵਿਚਾਲੇ ਜਿਹੜੀ ਟੈਨਸ਼ਨ ਹੈਗੀ ਉਸ 'ਤੇ ਵੀ ਅਸੀਂ ਨਜ਼ਰ ਰੱਖੇ ਹੋਏ ਹਾਂ, ਉਹ ਵੀ ਇਸ ਦੇ ਵਿੱਚ ਇੱਕ ਵਜ੍ਹਾ। ਹੁਣ ਲੱਗਦਾ ਕਿ ਉਹ ਟੈਨਸ਼ਨ ਜਿਹੜੀ ਉਹ ਈਜ਼ ਮੋਡ 'ਤੇ ਜਾਏਗੀ। ਦੇਖੋ, ਆਈ ਥਿੰਕ ਯੂ ਆਰ ਐਬਸੋਲੂਟਲੀ ਰਾਈਟ ਕਿ ਦੇਰ ਇਜ਼ ਗ੍ਰੇਟ ਡੇਂਜਰ ਆਫ ਨਿਊਕਲੀਅਰ ਐਸਕਲੇਸ਼ਨ, ਜਿਹੜਾ ਕਨਵੈਨਸ਼ਨਲ ਸਟ੍ਰਾਈਕਸ, ਰਿਟੈਲੀਏਸ਼ਨ ਟੂ ਕਨਵੈਨਸ਼ਨਲ ਸਟ੍ਰਾਈਕਸ, ਐਸਕਲੇਟਰੀ ਸਪਾਇਰਲ ਐਂਡ ਦੈਨ ਨਿਊਕਲੀਅਰ ਐਕਸਚੇਂਜਸ। ਬਟ ਬੋਥ ਕੰਟਰੀਜ਼, ਇਫ ਯੂ ਨੋਟਿਸ ਕਿ ਜਿਹੜੀ ਬਾਲਾਕੋਟ ਦੇ ਬਾਅਦ ਸਟ੍ਰਾਈਕ ਹੋਈ ਸੀ, ਇਹਨਾਂ ਨੇ ਆਪਣੀ ਜਿਹੜੀ ਰਿਸਪੋਂਸਿਸ ਹੈ ਕੰਟਰੋਲ ਰੱਖੇ ਸੀ ਬੋਥ ਸਾਈਡਸ 'ਤੇ, ਪਾਕਿਸਤਾਨ ਔਰ ਇੰਡੀਆ ਨੇ। ਕੋਈ ਇਹਨਾਂ ਨੇ ਇਹ ਕੋਈ ਇਰਰਿਸਪੋਂਸਿਬਲ ਗੱਲ ਨਹੀਂ ਕੀਤੀ ਕਿ ਨਿਊਕਲੀਅਰ ਲੈਵਲ 'ਤੇ ਉਹ ਗੱਲ ਲੈ ਜਾਣ, ਲੇਕਿਨ ਬਟ ਇਹ ਫਿਕਰ ਜਦੋਂ UN ਜ਼ਾਹਿਰ ਕਰਦਾ ਹੈ ਤਾਂ ਕਿਤੇ ਨਾ ਕਿਤੇ ਦੇਖੋ UN ਦੀ ਇੱਕ ਐਟ ਵਨ ਲੈਵਲ UN ਦੀ ਇਹ ਵੀ ਪੋਲਿਟਿਕਸ ਹੈ, ਕਿਉਂਕਿ UN ਇਜ਼ ਆਲਸੋ ਇਨਫਲੂਐਂਸਡ ਬਾਈ ਵੈਸਟਰਨ ਥਾਟ। ਵੈਸਟਰਨ ਥਾਟ ਦਾ ਇਹ ਹੈ ਕਿ ਇੰਡੋ ਪਾਕ ਆਰ ਵਰਜਿੰਗ ਔਨ ਨਿਊਕਲੀਅਰ ਸਟੈਂਡ ਆਫ, ਠੀਕ ਹੈ, ਉਹਨਾਂ ਨੂੰ ਇੱਕ ਰੀਜ਼ਨ ਮਿਲ ਜਾਂਦਾ ਫੋਰ ਇੰਟਰਵੈਂਸ਼ਨ ਇਨਵੈਸਟ ਇਨ ਸਾਊਥ ਏਸ਼ੀਅਨ ਪੋਲਿਟਿਕਸ। ਸੋ ਵੈਸਟ ਦੀ ਜਿਹੜੀ ਨਿਊਕਲੀਅਰ ਥਿਓਰਾਈਜੇਸ਼ਨ ਹੈ ਉਹ ਥੋੜ੍ਹੀ ਐਗਜੈਜਰੇਟਡ ਵੀ ਰਹਿੰਦੀ ਹੈ, ਦੇ ਆਲਵੇਜ਼ ਹਾਈਲਾਈਟ ਕਿ ਨਿਊਕਲੀਅਰ ਇੱਕਦਮ ਨਿਊਕਲੀਅਰ ਕਰਨ ਵਾਲੇ ਨੇ। ਕੁੱਲ ਮਿਲਾ ਕੇ ਮੈਂ ਸਿੱਧਾ ਸਵਾਲ ਕਰਨਾ ਵਿਕਰਮ, ਹਾਂਜੀ, ਇੰਡੀਆ ਪਾਕਿਸਤਾਨ ਦੇ ਵਿਚਾਲੇ ਚੰਗੇ ਰਿਸ਼ਤੇ ਅਮਰੀਕਾ ਚਾਹੁੰਦਾ ਕਿ ਨਹੀਂ ਚਾਹੁੰਦਾ? ਨਹੀਂ, ਅਮਰੀਕਾ ਚਾਹੁੰਦਾ, ਉਸ ਅਮਰੀਕਾ ਤੋਂ ਜ਼ਿਆਦਾ ਚਾਈਨਾ ਚਾਹੁੰਦਾ, ਔਰ ਰਸ਼ੀਆ ਵੀ ਇਸ ਵਿੱਚ ਇਨਵੋਲਵਡ ਹੈ। ਚਾਈਨਾ ਦਾ ਸਭ ਤੋਂ ਵੱਡਾ ਇੰਟਰਸਟ ਹੈ, ਕਿਉਂਕਿ ਚਾਈਨਾ ਜਦ ਤੱਕ ਰੀਜਨਲ ਪੀਸ ਐਂਡ ਸਟੈਬਿਲਿਟੀ ਨਹੀਂ ਆਉਂਦੀ, ਚਾਈਨਾਜ਼ ਇਕਨੋਮਿਕ ਐਂਡ ਸਟ੍ਰੈਟੇਜਿਕ ਕੋਰੀਡੋਰਸ ਕੈਨੋਟ ਟੇਕ ਆਫ, ਠੀਕ ਹੈ, ਦੈਟ ਇਜ਼ ਵੈਰੀ। ਔਰ ਤੁਸੀਂ ਚਾਈਨਾ ਦੀ ਫੋਰਨ ਮਿਨਿਸਟਰੀ ਦੀ ਸਟੇਟਮੈਂਟਸ ਦੇਖੋ, ਕੰਸਿਸਟੈਂਟਲੀ ਇੱਕ ਗੱਲ ਕਹਿ ਰਹੇ ਨੇ, ਦੇ ਆਰ ਯੂਜ਼ਿੰਗ ਓਨਲੀ 3-4 ਵਰਡਸ, ਵੀ ਵਾਂਟ ਰੀਜਨਲ ਪੀਸ ਐਂਡ ਸਟੈਬਿਲਿਟੀ। ਮੋਦੀ ਸਾਹਿਬ ਦੀ ਪਾਕਿਸਤਾਨ ਪ੍ਰਤੀ ਪਾਲਿਸੀ ਬਦਲੂਗੀ ਹੁਣ? ਬਦਲ ਸਕਦੀ ਹੈ ਅੰਡਰ ਇੰਟਰਨੈਸ਼ਨਲ ਪ੍ਰੈਸ਼ਰ। ਔਰ ਦੂਜਾ, ਤੁਹਾਨੂੰ ਮੈਂ ਇੱਕ ਗੱਲ ਬੜੀ ਜਿਹੜੀ ਪੂਰੀ ਗੱਲ ਦਾ ਤੱਤ ਹੈ ਉਹ ਇਹ ਹੈ ਕਿ ਅੱਜ ਪਾਕਿਸਤਾਨ ਆਪਣੇ ਜਿਹਾਦੀਆਂ ਨੂੰ ਕੰਟਰੋਲ 'ਚ ਰੱਖਿਆ ਹੋਇਆ। ਤੁਸੀਂ ਨੋਟਿਸ ਕਰੋ ਕਿ ਮਈ ਦਾ ਮਹੀਨਾ ਆ ਗਿਆ, ਖਤਮ ਹੋਣ ਵਾਲਾ ਹੈ, ਇਸ ਟਾਈਮ 'ਤੇ ਇਨਫਿਲਟਰੇਸ਼ਨ ਬਹੁਤ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ LOC ਔਰ ਇੰਟਰਨੈਸ਼ਨਲ ਬਾਰਡਰ 'ਤੇ, ਕਿਉਂਕਿ ਜਿਹੜੇ ਪਾਸ ਨੇ ਖੁੱਲ੍ਹ ਜਾਂਦੇ। ਲੇਕਿਨ ਦਿਸ ਸਮਰ ਦੇਰ ਹੈਜ਼ ਬੀਨ ਆਲਮੋਸਟ ਨੋ ਇਨਫਿਲਟਰੇਸ਼ਨ ਬਿਟ ਇਹ। ਅੱਛਾ, ਪਾਕਿਸਤਾਨ ਨੇ ਆਪਣੀ ਏਅਰ ਸਪੇਸ ਵੀ ਬੰਦ ਕਰਤੀ ਹੈ, ਜਿਹਾਦੀਆਂ ਨੂੰ ਵੀ ਕੰਟਰੋਲ 'ਚ ਰੱਖਿਆ। ਮੋਦੀ ਸਾਹਿਬ ਦਾ ਪ੍ਰਭਾਵ ਹੈ, ਇਹ ਮੋਦੀ ਸਾਹਿਬ ਦਾ ਪ੍ਰਭਾਵ ਹੈ ਔਰ ਇਲੈਕਸ਼ਨ ਦਾ ਪ੍ਰਭਾਵ ਹੈ ਕਿ ਅਗਰ ਇਹਨਾਂ ਨੇ ਅਟੈਕ ਕਰਤਾ ਹੋਰ ਤਾਂ ਮੋਦੀ ਅੰਡਰ ਇਲੈਕਸ਼ਨ ਕੰਪਲਸ਼ਨ ਮੇ ਲਾਂਚ ਅਗੇਨ ਅ ਬਿਗ ਅਟੈਕ। ਠੀਕ, ਬਟ ਸਭ ਤੋਂ ਵੱਡਾ ਫੈਕਟਰ ਇਹ ਹੈ ਕਿ ਜਿਹੜੇ ਸਾਡੇ ਜਿਹਾਦੀ ਤਨਜ਼ੀਮਾਂ ਬੈਠੀਆਂ ਪਾਕਿਸਤਾਨ 'ਚ, ਉਹ ਅਗਰ ਅਟੈਕ ਕਰ ਦੇਣ ਵਿਦਾਊਟ ਸੈਂਕਸ਼ਨ ਆਫ ISI ਔਰ ਪਾਕਿਸਤਾਨ ਆਰਮੀ, ਕਿਉਂਕਿ ਜਿਹਾਦੀ ਤਾਂ ਪਾਗਲ ਨੇ, ਉਹ ਚਾਹੁੰਦੇ ਨੇ ਜੰਗ ਹੋਏ, ਇੰਡੀਆ ਪਾਕਿਸਤਾਨ ਟੈਨਸ਼ਨ ਵਧਣ, ਯੂਨੋ ਬਿਲਕੁਲ ਆਰ ਪਾਰ ਦੀ ਲੜਾਈ ਹੋ ਜਾਏ, ਉਹ ਫੁੱਲੀ ਕੇਪੇਬਲ ਨੇ ਟੂ ਲਾਂਚ ਅ ਟੈਰਰ ਸਟ੍ਰਾਈਕ ਵਿਦਾਊਟ ਐਨੀ ਬੜੀ ਸੈਂਕਸ਼ਨ। ਔਰ ਉਹਦੇ ਨਾਲ ਕੀ ਹੋਏਗਾ ਕਿ ਇੰਡੀਆ ਵਿਲ ਬਲੇਮ ਪਾਕਿਸਤਾਨ, ਮੋਦੀ ਜੀ 'ਤੇ ਪ੍ਰੈਸ਼ਰ ਆਏਗਾ ਕਿ ਤੁਸੀਂ ਇੱਕ ਹੋਰ ਬਾਲਾਕਾਟ ਕਰੋ, ਅਗਰ ਇੱਕ ਹੋਰ ਬਾਲਾਕਾਟ ਕਰਦੇ ਨੇ ਪਾਕਿਸਤਾਨ ਰਿਟੈਲੀਏਟ ਕਰਦਾ। ਤੁਸੀਂ ਅੱਜ ਨੋਟ ਕਰੋ ਕਿ ਪਾਕਿਸਤਾਨ ਨੇ ਅੱਜ ਦੇ ਦਿਨ ਸ਼ਾਹੀਨ ਮਿਜ਼ਾਈਲ ਟੈਸਟ ਫਾਇਰ ਕੀਤੀ ਹੈ। ਸ਼ਾਹੀਨ ਮਿਜ਼ਾਈਲ 1500 ਮੀਲ ਤੱਕ ਨਿਊਕਲੀਅਰ ਵਾਰਹੈਡ, ਕਨਵੈਨਸ਼ਨਲ ਵਾਰਹੈਡ ਮਾਰ ਸਕਦੀ ਹੈ। ਔਰ ਇਹ ਕੁਛ ਦਿਨ ਪਹਿਲੇ ਇੰਡੀਆ ਨੇ ਬ੍ਰਹਮੋਸ ਮਿਜ਼ਾਈਲ ਫਰੋਮ ਸੁਖੋਈ ਏਅਰਕ੍ਰਾਫਟ, ਏਅਰ ਟੂ ਗਰਾਊਂਡ ਮਿਜ਼ਾਈਲ ਟੈਸਟ ਕੀਤੀ। ਇੰਡੀਆ ਨੇ ਇੱਕ ਸੈਟੇਲਾਈਟ ਵੀ ਲਾਂਚ ਕੀਤੀ ਜਿਹੜਾ ਟੈਰਰਿਸਟ ਕੈਂਪਸ ਨੂੰ ਸਪੈਸੀਫਿਕਲੀ ਟਾਰਗੇਟ ਜਾਂ ਟਰੈਕ ਕਰੂਗਾ।
ਸੋ ਇੰਡੀਆ ਦਾ ਸਿਗਨਲ ਸੀ ਕਿ ਅਸੀਂ ਤੁਹਾਡੇ ਕੈਂਪਸ ਨੂੰ ਠੋਕ ਸਕਦੇ ਹਾਂ ਵਿਦ ਬ੍ਰਹਮੋਜ਼ ਮਿਜ਼ਾਈਲ। ਪਾਕਿਸਤਾਨ ਦਾ ਅੱਜ ਰਿਪਲਾਈ ਆ ਗਿਆ ਕਿ ਅਸੀਂ ਵੀ ਸ਼ਾਹੀਨ ਮਿਜ਼ਾਈਲ ਤੁਹਾਡੇ 'ਤੇ ਫਾਇਰ ਕਰ ਸਕਦੇ ਹਾਂ। ਸੋ ਇਹ ਬਹੁਤ ਹੀ ਖਤਰਨਾਕ ਸਿਚੁਏਸ਼ਨ ਬਣ ਰਹੀ ਹੈ, ਕਿਉਂਕਿ ਅਗਰ ਕੋਈ ਵੀ ਟੈਰਰਿਸਟ ਅਟੈਕ ਕਰ ਦਿੰਦਾ ਵੱਡਾ, ਤਾਂ ਉਹਦੇ ਨਾਲ ਰਿਟੈਲੀਏਸ਼ਨ, ਕਾਊਂਟਰ ਰਿਟੈਲੀਏਸ਼ਨ ਦਾ ਐਸਕਲੇਟਰੀ ਲੈਡਰ 'ਤੇ ਚੜ੍ਹਨ ਲੱਗ ਜਾਵਾਂਗੇ, ਔਰ ਫਿਰ ਉਹ ਕਿੱਥੇ ਜਾਂਦਾ ਹੈ ਨੋਬਡੀ ਨੋਜ਼। ਅਰਜੀਤ ਦਾਰਾ ਸਾਹਿਬ, ਜਿਹੜੀ ਗੱਲ ਵਿਕਰਮਜੀਤ ਖਰੜ ਨੇ ਕਹੀ ਹੈਗੀ ਆ, ਤੁਸੀਂ ਧਿਆਨ ਨਾਲ ਸੁਣੀ ਹੋਊਗੀ ਸਾਰੀ ਗੱਲ। ਸਵਾਲ ਇਹ ਹੈਗਾ ਕਿ ਫਿਰ ਜਾ ਕੇ ਜੋ ਇਮਰਾਨ ਖਾਨ ਸਾਹਿਬ ਵਧਾਈ ਦਿੰਦੇ ਹੈਗੇ ਆ, ਮੋਦੀ ਸਾਹਿਬ ਦੀ ਪਾਕਿਸਤਾਨ ਪਾਲਿਸੀ ਦੀ ਚਰਚਾ ਹੁੰਦੀ ਆ, ਦੇਸ਼ ਸੁਰੱਖਿਅਤ ਹੈਗਾ ਨਹੀਂ ਹੈਗਾ ਉਹਦੀ ਚਰਚਾ ਹੁੰਦੀ ਆ, ਜਿਹੜੇ ਅੰਦਰੂਨੀ ਸਾਡੇ ਮਸਲੇ ਹੈਗੇ ਆ ਉਹ ਫਿਰ ਦੱਬੇ ਰਹਿ ਜਾਣਗੇ ਮੈਨੂੰ ਲੱਗਦਾ। ਦੇਖੋ, ਇਲੈਕਸ਼ਨ ਹੋਵੇ ਦੋ ਦੇਸ਼ਾਂ ਦੇ ਵਿੱਚ, ਕੋਈ ਵੱਡੀ ਘਟਨਾ, ਇਲੈਕਸ਼ਨ ਆਪਣੇ ਵਿੱਚ ਵੱਡੀ ਘਟਨਾ, ਇਹਦੇ ਵਿੱਚ ਕੋਈ ਵੀ ਕੁਛ ਸੁਭਾਵਿਕ ਗੱਲਾਂ ਹੁੰਦੀਆਂ ਨੇ ਜਿਹਦੇ ਪ੍ਰੋਟੋਕੋਲ ਦੇ ਤਹਿਤ ਹੀ ਹੁੰਦੀਆਂ ਨੇ ਬਿਆਨ ਦੇਣਾ, ਉਹਨੂੰ ਉਸ ਤੋਂ ਵੱਧ ਵੀ ਨਹੀਂ ਪੜਨਾ ਚਾਹੀਦਾ। ਬਟ ਇਹਦਾ ਮਤਲਬ ਇਹ ਵੀ ਨਹੀਂ ਕਿ ਕਈ ਵਾਰ ਬਿਆਨ ਕਿਸੇ ਇਰਾਦੇ ਨਾਲ ਵੀ ਹੋ ਸਕਦੇ ਨੇ, ਇੱਕ ਪਰਟੀਕੁਲਰ ਟਾਈਮ 'ਤੇ ਜਿਵੇਂ ਇਲੈਕਸ਼ਨ ਦੇ ਦੌਰਾਨ ਦਿੱਤਾ ਗਿਆ, ਪਰ ਇਹਨੂੰ ਬਹੁਤ ਸਚੇਤਗੀ ਨਾਲ ਗੱਲ ਕਰਨੀ ਚਾਹੀਦੀ ਹੈ। ਦਿੱਕਤ ਸਾਡੇ ਇੱਥੇ ਹੋ ਗਈ ਹੈ, ਵਿਕਰਮ ਜੀ ਨੇ ਬਾਕੀ ਗੱਲਾਂ ਕਹੀਆਂ ਉਹ ਠੀਕ ਹੈ, ਪਰ ਮੈਂ ਉਹਦੇ 'ਚ ਇੱਕ ਪਕਸ਼ ਜੋੜਨਾ ਚਾਹੁੰਦਾ। ਪੁਲਵਾਮਾ ਤੋਂ ਬਾਲਾਕੋਟ, ਇਹ ਇਸ਼ੂ 'ਤੇ ਪੂਰੇ ਇਲੈਕਸ਼ਨ ਨੂੰ ਲਿਜਾ ਕੇ ਮੋਦੀ ਸਾਹਿਬ ਨੇ ਜਿੱਥੇ ਪਹੁੰਚਾਤਾ, ਹੁਣ ਪੀਸ ਦੀ ਗੱਲ ਕਰਨਾ ਕਿ ਮੋਦੀ ਸਾਹਿਬ ਵਾਸਤੇ ਵੀ ਸੰਭਵ ਰਹਿ ਜਾਏਗਾ? ਅਸੀਂ ਜਦੋਂ ਇਸ ਤਰ੍ਹਾਂ ਦੀ ਵਿਚਾਰ ਨੂੰ, ਇਸ ਤਰ੍ਹਾਂ ਦੇ ਵਿਚਾਰਾਂ ਨੂੰ ਲੋਕਾਂ ਦੇ ਵਿੱਚ ਲੈ ਜਾਂਦੇ ਹਾਂ ਅਤੇ ਲੋਕਾਂ ਨੂੰ ਇੱਕ ਪਾਸੇ ਨੂੰ ਧੱਕ ਦਿੰਦੇ ਹਾਂ, ਉਸ ਤੋਂ ਬਾਅਦ ਅਸੀਂ ਵਾਪਸ ਮੁੜ ਸਕਾਂਗੇ, ਇਹ ਵੀ ਕੰਟਰੋਲ ਤੋਂ ਬਾਹਰ ਹੋਣ ਵਾਲੀ ਗੱਲ ਹੈ। ਜਿਵੇਂ ਇਮਰਾਨ ਖਾਨ ਨੇ ਜਦੋਂ ਕਿਹਾ ਕਿ ਮੈਂ ਚਾਹੁੰਦਾ ਕਿ ਮੋਦੀ ਸਾਹਿਬ ਦੀ ਸਰਕਾਰ ਬਣੇ, ਅਤੇ ਵਿਪਕਸ਼ ਨੇ ਵੀ ਕਿਹਾ, ਇਹਦਾ ਮਤਲਬ ਦੇਖੋ ਚਾਹੁੰਦੇ ਨੇ ਸਾਰੇ ਇਹਨਾਂ ਦੇ ਮਿਲੀ ਭਗਤ ਹੈ, ਉਦੋਂ ਵੀ ਫਿਰ ਉਸੇ ਤਰ੍ਹਾਂ ਦਾ ਨੈਸ਼ਨਲਿਜ਼ਮ ਦਾ ਮੁਹਾਵਰੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ ਸਾਰੇ ਪਾਸੇ ਮਿਲਾ ਕੇ। ਜਦੋਂ ਇੱਥੋਂ ਤੱਕ ਲੈ ਗਏ, ਉਸ ਤੋਂ ਬਾਅਦ ਤੁਸੀਂ ਪੀਸ ਦੀ ਜਦੋਂ ਗੱਲ ਕਰੋਗੇ, ਉਦੋਂ ਖਤਰੇ ਪੈਦਾ ਹੋ ਜਾਂਦੇ ਨੇ ਕਿ ਲੋਕਾਂ ਨੇ ਰਿਐਕਟ ਕਿਵੇਂ ਕਰਨਾ। ਇਸ ਕਰਕੇ ਕੋਈ ਵੀ ਪਾਰਟੀ ਹੋਵੇ, ਕੋਈ ਵੀ ਪ੍ਰਧਾਨ ਮੰਤਰੀ ਹੋਵੇ, ਸਾਨੂੰ ਲਗਾਤਾਰ ਇਹ ਵਿਚਾਰ ਨਾਲ ਖੜ੍ਹੇ ਹੋਣ ਦੀ ਲੋੜ ਹੈ ਕਿ ਦੋ ਨੇਬਰ ਕੰਟਰੀਜ਼ ਨੇ, ਪੜੋਸ 'ਚ ਨੇ, ਇਹਨਾਂ ਦੇ ਵਿੱਚ ਸ਼ਾਂਤੀ ਕਿਵੇਂ ਬਹਾਲ ਹੋਵੇ। ਇਹਦੇ ਵਿੱਚ ਇੱਕ ਕਹੇਗਾ ਕਿ ਤੁਸੀਂ ਗੱਲਬਾਤ ਕਰ ਲਓ, ਦੂਜਾ ਕਹੇਗਾ ਪਹਿਲਾਂ ਆਤੰਕਵਾਦ ਖਤਮ ਕਰ ਲਓ, ਇਹ ਬਹਿਸ ਚੱਲਦੀ ਰਹੇਗੀ। ਪਰ ਪ੍ਰਾਇਮਰੀ ਤੁਸੀਂ ਇਹ ਮੰਨਣ ਦੀ ਲੋੜ ਹੈ ਕਿ ਅਸੀਂ ਪੀਸ ਚਾਹੁੰਦੇ ਹਾਂ, ਜੇ ਬੇਸਿਕ ਗੱਲ 'ਤੇ ਨਹੀਂ ਆਵਾਂਗੇ ਤਾਂ ਬਾਕੀ ਗੱਲਾਂ 'ਚ ਦਿੱਕਤ ਆਏਗੀ। ਇਸ ਕਰਕੇ ਪਿਛਲੇ ਦੌਰ ਦੇ ਵਿੱਚ ਪੀਸ ਦੇ ਆਈਡੀਆ ਨੂੰ ਹੀ ਪਿੱਛੇ ਤੱਕਣ ਦੀ ਕੋਸ਼ਿਸ਼ ਹੋਈ। ਮੈਂ ਇਸ ਸਵਾਲ 'ਤੇ ਆ ਰਿਹਾ, ਪੁੱਲਰ ਸਾਹਿਬ, ਮੋਦੀ ਸਾਹਿਬ ਪੀਸ ਦੇ ਹਾਮੀ ਹੈ, ਸ਼ਾਂਤੀ ਦੇ ਹਾਮੀ ਹੈ ਜਾਂ ਨਹੀਂ? ਮੋਦੀ ਸਾਹਿਬ 'ਤੇ ਸ਼ੱਕ ਕਿਉਂ ਆ ਸਾਰਿਆਂ ਨੂੰ? ਦੇਖੋ, ਇਸ ਤੋਂ ਵੱਡੀ ਐਗਜ਼ਾਮਪਲ ਕੀ ਹੋ ਸਕਦੀ ਹੈ? ਭਾਰਤੀ ਜਨਤਾ ਪਾਰਟੀ, ਚਾਹੇ ਅਟਲ ਬਿਹਾਰੀ ਵਾਜਪਾਈ ਸੀਗੇ, ਚਾਹੇ ਨਰਿੰਦਰ ਭਾਈ ਮੋਦੀ ਸੀਗੇ, ਦੋਨਾਂ ਨੇ ਪਹਿਲ ਕੀਤੀ ਹੈ ਪਾਕਿਸਤਾਨ ਨਾਲ ਚੰਗੇ ਰਿਸ਼ਤੇ ਬਣਾਉਣ ਦੀ, ਲੇਕਿਨ ਪਾਕਿਸਤਾਨ ਵੱਲੋਂ ਜਿਹੜੀ ਉਸ ਤੋਂ ਬਾਅਦ ਵਿੱਚ ਹਰਕਤਾਂ ਹੋਈਆਂ ਉਹਦਾ ਕਰਕੇ ਸਾਰਾ ਕੁਛ ਬੈਕ ਉੱਠ ਗਿਆ ਹੈ। ਔਰ ਅੱਜ ਹੁਣ ਅਗਰ ਦੇਖਿਆ ਜਾਏ ਤਾਂ ਪਾਕਿਸਤਾਨ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਪੂਰਾ ਪੂਰਾ ਪਤਾ ਹੈ ਕਿ ਅੱਜ ਹੁਣ ਦੁਬਾਰਾ ਤੋਂ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਆ ਰਹੇ ਨੇ, ਪੂਰੀ ਮੈਜੋਰਿਟੀ ਦੇ ਨਾਲ ਆ ਰਹੇ ਹੈ, ਔਰ ਅੱਜ ਉਹਨਾਂ ਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਹਰ ਫੋਰਸ ਜਿਹੜੀ ਹੈ ਖੜ੍ਹੀ ਹੈ ਉਹਨਾਂ ਦੀ ਬੈਕ ਦੇ ਉੱਤੇ ਹੈ। ਹੁਣ ਉਹਨੇ ਅਗਰ ਕੋਈ ਵੀ ਹਰਕਤ ਕੀਤੀ ਤਾਂ ਉਹਦੇ ਲਈ ਸ਼ਾਇਦ ਉਹਦਾ ਖਿਆਜਾ ਜਿਹੜਾ ਹੈਗਾ ਉਹਨੂੰ ਪੂਰਾ ਕਰਨਾ ਬਹੁਤ ਵੱਡਾ ਕੰਮ ਹੋ ਜਾਏਗਾ, ਇੰਨਾ ਸੌਖਾ ਨਹੀਂ ਹੈ। ਅਸੀਂ ਇੱਕ ਚੀਜ਼ ਮੈਂ ਇੱਥੇ ਕਲੀਅਰ ਕਰ ਦਿੰਦਾ, ਠੀਕ ਹੈ ਇੱਕ ਅਟੈਕ ਹੋਇਆ, ਉਹ ਗੱਲ ਖਤਮ ਹੋ ਗਈ, ਲੇਕਿਨ ਜਿੰਨਾ ਐਡਵਰਟਾਈਜ਼ ਉਹਨੂੰ ਓਪੋਜੀਸ਼ਨ ਨੇ ਕੀਤਾ, ਹਥਿਆਰ ਬਣ ਗਿਆ, ਇਸ ਚੀਜ਼ ਤੋਂ ਡਿਨਾਈ ਨਹੀਂ ਕਰ ਸਕਦੇ। ਕਾਂਗਰਸ ਨੇ ਜਿੱਥੇ ਪਹਿਲਾਂ ਇਹ ਕਿਹਾ ਕਿ ਅਸੀਂ ਇਸ ਗੱਲ ਦੇ ਉੱਤੇ ਬਿਲਕੁਲ ਸਹਿਮਤ ਹੈ, ਨਾਲ ਹੈ, ਔਰ ਸੱਤਵੇਂ ਨਹੀਂ ਟੱਪੇ, ਤੇ ਉੱਥੇ ਕਾਂਗਰਸ ਦੇ ਪ੍ਰਧਾਨ ਨੇ ਉਹਦੇ ਤੇ ਕੁਐਸਚਨ ਕਰਨੇ ਸ਼ੁਰੂ ਕਰਤੇ, ਤੁਸੀਂ ਕਿੱਥੇ ਬੰਬ ਸੁੱਟਿਆ ਸੀਗਾ ਜੀ, ਦੱਸੋ ਸਾਨੂੰ ਪ੍ਰੂਫ ਦਿਓ, ਕਿੰਨੇ ਬੰਦੇ ਮਰੇ ਸੀਗੇ, ਜਿੰਨੇ ਕਾਂਗਰਸ ਦੇ ਉੱਪਰੋਂ ਲੈ ਕੇ ਥੱਲੇ ਤੱਕ ਦੇ ਲੀਡਰ ਸੀਗੇ ਉਹ ਸਾਰੇ ਆ ਕੇ ਮੀਡੀਆ 'ਚ ਵੀ ਬੋਲਣ ਲੱਗ ਗਏ। ਠੀਕ ਹੈ, ਪੁੱਛਣਾ ਕੋਈ ਸਵਾਲ ਕਰਨਾ ਥੋੜੀ ਨਾ, ਸਵਾਲ ਕਰਨਾ ਇਹ ਹੁੰਦਾ ਜੇ ਕੋਈ ਇਹ ਕਹਿੰਦਾ ਕਿ ਦੇਖੋ, ਮਤਲਬ ਗੰਭੀਰ ਸਵਾਲ ਕਰ ਰਿਹਾ ਮੈਂ ਕਿ ਵੀ ਇੱਕ ਹਮਲਾ ਹੋਇਆ ਪੁਲਵਾਮਾ ਦੇ ਵਿੱਚ, ਤੁਹਾਡੀ ਸਿਕਿਉਰਿਟੀ ਨੇ ਫੇਲ ਕੀਤਾ, ਤੁਹਾਡੀ ਇੰਟੈਲੀਜੈਂਸ ਨੇ ਫੇਲ ਕੀਤਾ, ਹੋ ਗਿਆ, ਉਸ ਤੋਂ ਤੁਹਾਡਾ ਕਹਿਣਾ ਕਿ ਉੱਥੋਂ ਉਹਨਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਜਿਹੜੀ ਕਿ ਪਹਿਲਾਂ ਵੀ ਤੁਹਾਡਾ ਕਹਿਣਾ ਸੀ, ਹੁਣ ਤੁਸੀਂ ਆਪਦੇ ਸਬੂਤ ਭੇਜਣ ਦੀ ਗੱਲ ਕੀਤੀ, ਉਹਨਾਂ ਨੇ ਰਿਸਪੋਂਡ ਕੀਤਾ ਅਤੇ ਉਹ ਗੱਲ ਕਹਿਤੀ ਸਾਡੇ ਕੁਛ ਨਹੀਂ, ਫਿਰ ਅਚਾਨਕ ਤੁਸੀਂ ਕੋਈ ਦੇਸ਼ ਸੋਵਰਨਟੀ 'ਤੇ ਦੂਜੇ ਦੇਸ਼ 'ਤੇ ਹਮਲਾ ਕਰਦਾ ਹੈ, ਸਿੱਧੀ ਸਰਕਾਰ ਜਾਂ ਸੈਨਾ ਕਰਦੀ ਹੈ, ਉਸ ਦੇ ਪੀਸ ਦੇ ਸਪੇਸ ਕਿੰਨਾ ਕੁ ਰਹਿ ਜਾਂਦਾ, ਇਹ ਜੇ ਕੋਈ ਪੁੱਛਦਾ ਤਾਂ ਸਵਾਲ ਹੁੰਦਾ, ਗੰਭੀਰ ਚਰਚਾ ਹੁੰਦੀ। ਪਰ ਇਹ ਕਹਿਣਾ ਕਿ ਅੱਛਾ ਬੰਬ ਸੁੱਟਿਆ ਕਿੱਥੇ, ਇਹਨੂੰ ਤੁਸੀਂ ਹਮਲੇ 'ਤੇ ਸਵਾਲ ਕਿਵੇਂ ਕਹਿ ਰਹੇ ਹੋ ਕਿ ਬਾਲਾਕੋਟ 'ਤੇ ਸਵਾਲ ਕੀਤਾ ਸੀ? ਤੁਸੀਂ ਇੱਕ ਚੀਜ਼ ਦੇਖੋ, ਕਾਂਗਰਸ ਦੇ ਬਹੁਤ ਸਾਰੇ ਲੀਡਰ ਇੰਕਲੂਡਿੰਗ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਰਹੇ ਕਿ ਜੀ ਉੱਥੇ ਦਰਖਤੀ ਉੱਡੇ ਜੀ ਥੋੜ੍ਹੇ ਜਿਹੀ, ਉੱਥੇ ਮਿੱਟੀ ਝੜੀ ਥੋੜ੍ਹੀ, ਉਹ ਤਾਂ ਤੁਹਾਡੀ ਕੈਪੈਸਿਟੀ 'ਤੇ ਸਵਾਲ ਕਰ ਰਹੇ ਸੀ ਨਾ, ਉਹ ਇਹ ਥੋੜ੍ਹੀ ਕਹਿ ਰਹੇ ਸੀ ਕਿਉਂ ਕੀਤਾ, ਦੱਸਿਆ
जित गए विरोधियों ने सवाल बड़े पुछे वधिया मैंडेट मिलिया मुबारक सारे दे रहे हुण तुसी उन्हां दी मंग दे अनुसार यह दस सकते हो कि बालाकोट में तुसी की किया जां हजे भी दसना मुश्किल है जां यह देश की सुरक्षा का मसला है तुसी सांझा नहीं कर सकते। देखो कल्ले असी की दसना है आर्मी जनरल्स ने आके मीडिया उत्ते दसता कि उत्थे की होया और किन्ने लोग उत्थे उस टाइम एक्सेस दे विच सीगे जिहड़े सानू है कि असी खत्म कीते है सवाल दूजे पासे कल खबर है विक्रमजीत ज्यादा फॉलो करते ने सवाल जिद होया कि साडा जिहड़ा मिजाइल ने किहड़े जिहड़ा साडा इक प्लैन गिरिया सी उन्होंने किहड़ी मिजाइल ने गिरिया सी कुछ इस तरह की खबरें भी कल आई ना जिहड़ा विग आई थिंक बालाकोट वी हैव टू बी वेरी क्लियर एयर चीफ मार्शल BS धनोआ की प्रेस कॉन्फ्रेंस उन्होंने क्लीयरली कहा कि वी हैव हिट द टारगेट्स और अगर देश का एयर चीफ कैटेगोरिकली कह रहा है वी हैव हिट द टारगेट्स वी हैव नो रीजन टू डाउट द कैजुअल्टी दसी है उन्होंने नहीं दैट्स व्हाट आई एम सेइंग नो कैजुअल्टी सेइंग कैजुअल्टी बारे गल आ गई उन्होंने सिंपल उन्होंने अपने सिंपल पीसी ਦੇ ਵਿੱਚ ਗੱਲ ਕਹੀ ਸੀ ਸਾਡਾ ਕੰਮ ਹੈ ਟਾਰਗੇਟ ਹਿੱਟ ਕਰਨਾ ਅਸੀਂ ਟਾਰਗੇਟ ਹਿੱਟ ਕਰਤਾ ਇਹ ਦੱਸਣਾ ਇਹ ਗਿਣਨਾ ਸਾਡਾ ਕੰਮ ਨਹੀਂਗਾ ਦੈਟਸ ਵਾਟ ਆਈ ਐਮ ਸੇਇੰਗ ਸੈਕੰਡ ਪੀਸੀ ਜਿਹੜੀ ਸੀ ਲੈਟ ਮੀ ਉਹਨੂੰ ਇਤਨੀ ਯਾਦ ਕਰ ਮਿਸਟਰ ਪੋਲੋ ਵਨ ਸੈਕੰਡ ਦੀ ਪੁਆਇੰਟ ਆਫ ਦੀ ਬਾਲਾਕੋਟ ਅਟੈਕ ਵਾਸ ਨਾਟ ਓਨਲੀ ਕਿ ਕਿੰਨੇ ਅਸੀਂ ਬੰਦੇ ਮਾਰੇ ਇਟ ਵਾਸ ਕਿ ਅਸੀਂ ਪਾਕਿਸਤਾਨ ਦੇ ਵਿੱਚ ਜਾ ਕੇ ਸਟ੍ਰਾਈਕ ਕੀਤਾ ਇਟ ਵਾਸ ਅ ਸਟ੍ਰੈਟੇਜਿਕ ਮੈਸੇਜ ਇਟ ਵਾਸ ਅ ਸਟ੍ਰੈਟੇਜਿਕ ਸਟ੍ਰਾਈਕ ਔਰ ਉਹਦੇ ਨਾਲ ਪਾਕਿਸਤਾਨ ਹਿੱਲਿਆ ਕਿਉਂ ਕਿਉਂਕਿ ਏਅਰ ਚੀਫ ਮਾਰਸ਼ਲ ਧਨੋਆ ਨੇ ਵੀ ਬੜੀ ਕਲੀਅਰਲੀ ਕਿਹਾ ਕਿ ਅਗਰ ਪਾਕਿਸਤਾਨ ਨੂੰ ਚੋਟ ਨਾ ਲੱਗੀ ਹੁੰਦੀ ਤਾਂ ਅਗਲੇ ਦਿਨ ਹੀ ਉਹਨੇ 24 ਏਅਰਕ੍ਰਾਫਟ ਨਾਲ ਕਾਊਂਟਰ ਅਟੈਕ ਕਿਉਂ ਕੀਤਾ ਮੀਨਸ ਕਿਤੇ ਨਾ ਕਿਤੇ 'ਤੇ ਪਾਕਿਸਤਾਨ ਨੂੰ ਬਾਲਾਕੋਟ ਦੀ ਚੋਟ ਲੱਗੀ ਹੈ ਔਰ ਉਹਦਾ ਤੁਸੀਂ ਇਹ ਵੀ ਅਸਰ ਦੇਖ ਰਹੇ ਹੋ ਕਿ ਬਿਲਕੁਲ ਇਨਫਿਲਟ੍ਰੇਸ਼ਨ ਐਜ਼ ਆਫ ਨਾਓ ਵਿਕਰਮਜੀਤ ਇੱਕ ਮੇਰਾ ਸਵਾਲ ਲੈ ਲਓ ਵਿਕਰਮਜੀਤ ਮੇਰਾ ਸਵਾਲ ਇਹ ਹੈਗਾ ਕਿ ਵਿਰੋਧੀ ਜਿਹੜੇ ਬਾਲਾਕੋਟ ਸਟ੍ਰਾਈਕ ਬਾਰੇ ਵਾਰ ਵਾਰ ਸਵਾਲ ਪੁੱਛਦੇ ਸੀਗੇ ਕਿ ਇਸ ਮੈਂਡੇਟ ਤੋਂ ਬਾਅਦ ਉਹ ਸਵਾਲ ਮੁੱਕ ਗਿਆ ਦੇਖੋ ਜੀ ਬਾਲਾਕੋਟ ਤੇ ਜਿਹੜੇ ਕੁਐਸਚਨਸ ਨੇ ਹੈਵ ਬੀਨ ਐਡਕੁਏਟਲੀ ਆਨਸਰਡ ਬਾਈ ਦੀ 에ਅਰ ਫੋਰਸ ਚੀਫ ਆਫ ਇੰਡੀਆ ਮਿਸਟਰ ਧਨੋਆ ਏਅਰ ਮਾਰਸ਼ਲ ਧਨੋਆ ਉਹਨੇ ਕਿਹਾ ਵੀ ਵਰ ਰਿਜ਼ਾਈਨਡ ਟਾਰਗੇਟ ਐਂਡ ਵੀ ਹਿੱਟ ਦਾ ਟਾਰਗੇਟ ਉਹਦੇ ਵਿੱਚ ਕੈਜੂਅਲਟੀਜ਼ ਦਾ ਫਿਗਰ 35 to 50 ਤੱਕ ਜਾ ਰਿਹਾ ਮੈਕਸਿਮਮ ਕਿਉਂਕਿ ਜਿਹੜੀਆਂ ਸਾਡੀਆਂ ਮਿਜ਼ਾਈਲ ਸੀਗੀਆਂ ਦੇ ਵਰ ਨਾਟ ਮਿਜ਼ਾਈਲਸ ਵਿੱਚ ਗੋ ਐਂਡ ਬਲੋ ਅਪ ਅ ਸਟਰਕਚਰ ਦੇ ਮੇਕ ਅ ਹੋਲ ਇਨ ਦਾ ਰੂਫ ਗੋ ਇਨਸਾਈਡ ਐਂਡ ਐਕਸਪਲੋਡ ਦੀਜ਼ ਆਰ ਸਪੈਸਿਫਿਕ ਪ੍ਰਸੀਜਨ ਮਿਜ਼ਾਈਲਸ ਦੇ ਡੋਂਟ ਬਲੋ ਅਪ ਦ ਸਟਰਕਚਰ ਇਜ਼ਰਾਈਲੀ ਮਿਜ਼ਾਈਲ ਨੇ ਸਪੈਸਿਫਿਕ ਹੁੰਦੀਆਂ ਨੇ ਨਾਓ ਦਾ ਪੁਆਇੰਟ ਇਜ਼ ਕਿ ਅਸੀਂ 35 ਮਾਰੇ ਜਾਂ 500 ਮਾਰੇ ਉਹ ਇੰਨਾ ਇੰਪੈਕਟ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਜਿਹਾਦੀ ਤਾਂ ਕਿੰਨੇ ਹੀ ਪ੍ਰੋਡਿਊਸ ਕਰੀ ਜਾਂਦੇ ਨੇ ਕੋਈ ਅੰਤ ਨਹੀਂ ਜਿਹਾਦੀਜ਼ ਨੂੰ ਦ ਪੁਆਇੰਟ ਇਜ਼ ਕਿ ਅਸੀਂ ਪਾਕਿਸਤਾਨੀ ਆਰਮੀ ਨੂੰ ਇੱਕ ਮੈਸੇਜ ਭੇਜਿਆ ਕਿ ਅਸੀਂ ਪਾਕਿਸਤਾਨ ਦੇ ਵਿੱਚ ਜਾ ਕੇ ਸਟ੍ਰਾਈਕ ਕੀਤੀ ਹੈ ਕੱਲ ਬਾਬਲਪੁਰ ਤੇ ਵੀ ਸਟ੍ਰਾਈਕ ਹੋ ਸਕਦੀ ਹੈ ਇੰਡੀਆ ਇਜ਼ ਕੇਪੇਬਲ ਆਫ ਦੈਟ ਇਸ ਲਈ ਪਾਕਿਸਤਾਨ ਇੰਨਾ ਹਿੱਲ ਗਿਆ ਕਿ ਬਾਲਾਕੋਟ ਜਾ ਕੇ ਦੈਟ ਵਿਚ ਇਜ਼ ਨੋਨ ਡਿਸਪਿਊਟਡ ਪਾਕਿਸਤਾਨ ਟੈਰੀਟਰੀ POK ਨਹੀਂ ਹੈ ਇਟ ਇਜ਼ ਇਨ ਪਾਕਿਸਤਾਨ ਉੱਥੇ ਜਾ ਕੇ ਇੰਡੀਆ ਨੇ ਹਮਲਾ ਕੀਤਾ ਸੋ ਇਟ ਹੈਜ਼ ਅ ਡਿਟਰੈਂਸ ਮੈਸੇਜ ਇਟ ਹੈਜ਼ ਅ ਸਟ੍ਰੈਟੇਜਿਕ ਮੈਸੇਜ ਐਂਡ ਵੀ ਸ਼ੁੱਡ ਨਾਟ ਅੰਡਰਮਾਈਨ ਇਟ ਔਰ ਡੀਵੈਲਿਊਏਟ ਬਾਈ ਕੀਪ ਔਨ ਰੇਜ਼ਿੰਗ ਕੁਐਸਚਨ ਜੀ ਕਿੰਨੇ ਬੰਦੇ ਮਰੇ ਇਟ ਇਜ਼ ਨਾਟ ਕੁਐਸਚਨ ਆਫ ਕਿੰਨੇ ਬੰਦੇ ਮਰੇ ਇਟ ਇਜ਼ ਦ ਕੇਪੇਬਿਲਿਟੀ ਟੂ ਸਟ੍ਰਾਈਕ ਵਿਦ ਇਨ ਪਾਕਿਸਤਾਨ ਐਂਡ ਇਟ ਕੈਨ ਬੀ ਰਿਪੀਟ ਜੀ ਹੇਅਰ ਵਾਜ਼ ਕੁਐਸਚਨ ਵਾਜ਼ ਨਾਟ ਕਿ ਕਿੰਨੇ ਮਰੇ ਕੁਐਸਚਨ ਵਾਜ਼ ਕਿ ਇਹ ਕਹਿ ਰਹੇ ਸੀ ਕਿ ਚੀਫ ਨੇ ਕਹਿਤਾ ਹੈ ਆਰਮੀ ਚੀਫ ਨੇ ਮੈਂ ਆਰਮੀ ਚੀਫ ਨੇ ਕਿਹਾ ਏਅਰ ਚੀਫ ਨੇ ਕਿਹਾ ਕਿ ਵੀ ਵਰ ਅਸਾਈਨ ਟਾਰਗੇਟਸ ਐਂਡ ਵੀ ਹਿੱਟ ਦ ਟਾਰਗੇਟ ਔਰ ਉਹਦੇ ਬਾਅਦ ਏਅਰ ਚੀਫ ਨੇ ਕਾਉਂਟਸ ਨਹੀਂ ਦੱਸਿਆ ਨਾ ਦੈਟਸ ਵਾਟ ਆਈ ਐਮ ਸੇਇੰਗ ਹੀ ਡਿਡ ਨਾਟ ਸੇ ਬਾਡੀ ਕਾਉਂਟ ਦੈਟਸ ਵਾਟ ਆਈ ਐਮ ਕੁਐਸਚਨਿੰਗ ਟੂ ਬੁਲਰ ਉਹਨਾਂ ਦੀ ਬਾਡੀ ਕਾਉਂਟਸ ਦੀ ਮੈਂ ਗੱਲ ਹੀ ਨਹੀਂ ਕਰ ਰਿਹਾ ਉਹਨਾਂ ਦੇ ਸਟੇਟਮੈਂਟ ਇਸ ਨੈਕਸਟ ਸਟੇਟਮੈਂਟ ਸੀ ਵੀ ਉਸ ਏਰੀਆ ਦੇ ਵਿੱਚ ਜਦੋਂ ਲੋਕਾਂ ਨੇ ਬਹੁਤ ਜ਼ਿਆਦਾ ਕੁਐਸਚਨ ਕੀਤੇ ਦੁਬਾਰਾ ਇੱਕ ਪੀਸੀ ਹੋਈ ਹੈ ਉਹਦੇ ਚ ਉਹਨਾਂ ਨੇ ਬੜਾ ਕਲੀਅਰ ਲਿਖਿਆ ਹੈ ਕਿ ਉਸ ਏਰੀਆ ਦੇ ਵਿੱਚ ਕਿਉਂਕਿ ਅਸੀਂ ਥਰੂ ਸੈਟੇਲਾਈਟ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਸੀ ਵੀ ਉੱਥੇ ਇੰਨੇ ਫੋਨ ਜਿਹੜੇ ਨੇ ਐਕਟੀਵੇਟ ਨੇ ਸੈਟੇਲਾਈਟ ਦੇ ਥਰੂ ਔਰ ਜਦੋਂ ਅਸੀਂ ਉਹ ਟਾਰਗੇਟ ਹਿੱਟ ਕਰ ਲਿਆ ਉਸ ਤੋਂ ਬਾਅਦ ਦੇ ਵਿੱਚ ਫੋਨ ਜਿਹੜੇ ਡੈਡ ਹੋ ਗਏ ਉਹ ਸੈਟੇਲਾਈਟ ਤੋਂ ਖਤਮ ਹੋ ਗਏ ਵੀ ਉਹ ਇੱਕ ਹੈ ਵੀ ਉੱਥੇ ਇੰਨੇ ਲੋਕ ਜਿਹੜੇ ਨੇ ਹੋਣਗੇ ਬੋਲੋ ਉਹ ਸਟੇਟਮੈਂਟ ਰਾਜਨਾਥ ਸਿੰਘ ਦੀ ਆਈਸੀ ਕਿ NTRO ਵਾਪਸ ਆ ਰਹੇ NTRO ਇੱਕ ਛੋਟਾ ਬ੍ਰੇਕ ਲੈਣਾ ਵਾ ਬ੍ਰੇਕ ਲੈਣ ਦੇ ਰੁਪਏ ਬ੍ਰੇਕ ਤੋਂ ਬਾਅਦ ਛੇਤੀ ਵਾਪਸ ਆ ਰਹੇ ਔਰ ਇਸ ਸਭ ਦੇ ਵਿਚਾਲੇ ਇੱਕ ਅਪਡੇਟ ਜਿਹੜੀ ਹੈਗੀ ਹੈ ਟਵਿੱਟਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਾਂ ਦੇ ਅੱਗੇ ਚੌਕੀਦਾਰ ਵਰਡ ਹਟਾ ਦਿੱਤਾ ਹੈ ਟਵਿੱਟਰ ਤੇ ਉਹਨਾਂ ਨੇ ਲਿਖ ਦਿੱਤਾ ਹੈ ਕਿ ਚੌਕੀਦਾਰ ਨੂੰ ਹੁਣ ਨੈਕਸਟ ਲੈਵਲ ਤੇ ਲਿਜਾਣ ਦਾ ਕੰਮ ਜਿਹੜਾ ਹੈਗਾ ਉਹ
ਟਾਈਮ ਆ ਗਿਆ ਚੌਕੀਦਾਰ ਸਪਿਰਿਟ ਨੂੰ ਨੈਕਸਟ ਲੈਵਲ ਤੇ ਲਿਜਾਣ ਦਾ। ਇਹ ਚੌਕੀਦਾਰੀ ਜਿਹੜੀ ਪਾਕਿਸਤਾਨ ਤੋਂ ਕੀਤੀ ਜਾ ਰਹੀ ਸੀ ਹੁਣ ਉਹ ਵੀ ਬੰਦ ਹੋ ਗਈ ਹੈ, ਚੌਕੀਦਾਰ ਸ਼ਬਦ ਹਟਣ ਦੇ ਨਾਲ ਕਿਹੜੀ ਕਿਹੜੀ ਚੌਕੀਦਾਰੀ ਬੰਦ ਹੋਈ ਹੈ ਔਰ ਅਗਲਾ ਲੈਵਲ ਕੀ ਹੋਏਗਾ, ਇਸੇ ਗੱਲ ਕਰਾਂਗੇ ਛੋਟੇ ਬ੍ਰੇਕ ਵਾਪਸ ਆ ਰਹੇ ਹਾਂ। ਬ੍ਰਿਕਟੋ ਮੁੜ ਤੋਂ ਸਵਾਗਤ ਕਰਦੇ ਹਾਂ ਦਰਸ਼ਕਾਂ ਦਾ। ਫੈਸਲਾ ਦੇਸ਼ ਦਾ ਦੇਖ ਰਹੇ ਹੋ ਤੁਸੀਂ, ਲਗਾਤਾਰ ਤੁਹਾਨੂੰ ਦੱਸ ਰਹੇ ਹਾਂ ਰੁਝਾਨ ਨਤੀਜੇ ਜੋ ਸਾਹਮਣੇ ਆ ਰਿਹਾ ਔਰ ਜਿਹੜੀ ਗੱਲ ਸਭ ਦੇ ਵਿਚਾਲੇ ਸਾਹਮਣੇ ਆਈ ਹੈ ਉਹ ਆਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਤੋਂ। ਸਵੈ ਸਾਹਿਬ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਪੂਰੇ ਦਾ ਪੂਰਾ ਸਿਨੈਰੀਓ ਜਿਹੜਾ ਹੈਗਾ ਉਹ ਨਵਜੋਤ ਸਿੰਘ ਸਿੱਧੂ ਕਰਕੇ ਖਰਾਬ ਹੋਇਆ। ਰਾਹੁਲ ਗਾਂਧੀ ਦੇ ਨਾਲ ਗੱਲ ਕਰਨਗੇ, ਬਠਿੰਡਾ ਸੀਟ ਹਾਰ ਰਹੇ ਹਾਂ। ਨਵਜੋਤ ਸਿੰਘ ਸਿੱਧੂ ਦਾ ਡਿਪਾਰਟਮੈਂਟ ਜਿਹੜਾ ਸੀਗਾ ਉਸ ਦੇ ਵਿੱਚ ਉਹਨਾਂ ਦੀ ਪੂਅਰ ਪਰਫੋਰਮੈਂਸ ਰਹੀ ਹੈ ਅਰਬਨ ਏਰੀਆਜ਼ ਦੇ ਵਿੱਚ। ਦੂਜੀ ਗੱਲ ਕਹਿ ਰਹੇ ਨੇ ਕਿ Indians, especially servicemen, will not tolerate hugging the Pakistani army chief. ਯਾਨੀ ਸਿੱਧਾ ਸਿੱਧਾ ਹੁਣ ਪਾਸ ਕਰਨ ਦੀ ਤਿਆਰੀ, ਪਾਕਿਸਤਾਨ ਦਾ ਜ਼ਿਕਰ, ਬਠਿੰਡਾ ਦਾ ਜ਼ਿਕਰ, ਹਰ ਸਮੇਂ ਕੋ ਅੱਗੇ ਦਾ ਪਾ ਰਹੀ ਹੈ। ਹਾਂਜੀ ਸਵੈ ਸਾਹਿਬ, ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ, ਸਿੱਧੂ ਸਾਹਿਬ ਨੇ ਜਦੋਂ ਜੋ ਬਠਿੰਡੇ 'ਚ ਬਿਆਨ ਦਿੱਤਾ ਜੀ, ਉਹ ਪਾਰਟੀ ਨੂੰ ਡੈਮੇਜ ਕਰਕੇ, ਕਾਫੀ ਹੱਦ ਤੱਕ ਡੈਮੇਜ ਕਰ ਗਿਆ। ਯਾਨੀ ਜਿਹੜਾ ਬਠਿੰਡਾ ਸੀਗਾ, ਬਠਿੰਡਾ ਸੀ ਜਿੱਤ ਰਹੇ ਸੀਗੇ, ਉਹਦਾ ਅਸਰ ਪਿਆ। ਜੋ ਬਾਕੀ ਦੇਖੋ ਇਹ ਹੁਣ ਜਿਹੜੇ ਅੰਕੜੇ ਸਾਹਮਣੇ ਆ ਰਹੇ ਨੇ ਕਿ ਅਰਬਨ ਏਰੀਆ ਦੇ ਵਿੱਚ ਜਿਹੜੀ ਹੈਗੀ ਸਾਡਾ ਵੋਟ ਸ਼ੇਅਰ ਘਟਿਆ ਜਿਹੜਾ ਹੈਗਾ। ਅਸਤੀਫਾ ਕਿਹਨੂੰ ਦੇਣਾ ਚਾਹੀਦਾ, ਕੈਪਟਨ ਅਮਰਿੰਦਰ ਸਿੰਘ ਨੂੰ ਜਾਂ ਨਵਜੋਤ ਸਿੰਘ ਸਿੱਧੂ ਨੂੰ? ਕਿਉਂਕਿ ਸਵਾਲ ਹੈ ਮਿਸ਼ਨ 13 ਦੀ ਗੱਲ ਹੋਈ ਸੀ ਅਤੇ ਸਿੱਧੂ ਸਾਹਿਬ ਵੀ ਇਸ 'ਤੇ ਸਵਾਲ ਚੁੱਕ ਚੁੱਕੇ ਆ, ਬਾਜਵਾ ਸਾਹਿਬ ਵੀ ਸਵਾਲ ਚੁੱਕ ਚੁੱਕੇ ਆ, ਅਤੇ ਇਹਦਾ ਮਤਲਬ ਹੁਣ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਪਊਗੀ। ਜ਼ਿੰਮੇਵਾਰੀ ਕਿਹਦੀ ਹੈ, ਨਵਜੋਤ ਸਿੰਘ ਸਿੱਧੂ ਦੀ, ਕੈਪਟਨ ਅਮਰਿੰਦਰ ਸਿੰਘ ਦੀ, ਕਿਹਦੀ ਜ਼ਿੰਮੇਵਾਰੀ? ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਜਿਹੜੀ ਹੈਗੀ ਹੈ ਗੱਲ ਜਾਇਜ਼ ਇਸ ਕਰਕੇ ਨਹੀਂ ਹੈਗੀ ਕਿ ਜਦੋਂ ਮੋਦੀ ਜੀ ਦੀ ਜਿਹੜਾ ਤੂਫਾਨ ਹੈ, ਸੁਨਾਮੀ ਹੈ, ਪੂਰੇ ਦੇਸ਼ ਚੱਲੀ ਹੈ ਅਤੇ ਪੂਰੇ ਦੇਸ਼ ਦੇ ਵਿੱਚ ਉਹ ਹੁੰਝਾ ਫੇਰ ਕੇ ਲੈ ਗਿਆ ਸਾਰੇ ਪਾਸੇ, ਕਾਂਗਰਸ ਪਾਰਟੀ ਵਿੱਚ ਹੋਰ ਪਾਰਟੀਆਂ ਨੂੰ, ਅਤੇ ਉਹਨੂੰ ਠੱਲਿਆ ਕਿੰਨੇ ਹੈ? ਸਿਰਫ ਅਤੇ ਸਿਰਫ ਪੰਜਾਬ ਨੇ ਠੱਲਿਆ। ਜਿਹਦੀ ਜਿਹੜੀ ਹੈਗੀ ਹੈ ਕਮਾਂਡਰਸ਼ਿਪ ਜਿਹੜੀ ਕਿਹਦੀ ਸੀਗੀ, ਉਹ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਸੀਗੀ। ਪੰਜਾਬ ਦੇ ਵਿੱਚ ਮੋਦੀ ਦਾ ਜਿਹੜਾ ਕੋਈ ਜਿਹੜੇ ਹਵਾ ਨਹੀਂ ਚੱਲੀ ਹੈਗੀ। ਪੰਜਾਬ ਦੇ ਵਿੱਚ ਅਸੀਂ 8 ਸੀਟਾਂ ਲੈਣੀਆਂ, 13 ਦੇ ਵਿੱਚੋਂ 8 ਸੀਟਾਂ ਲੈਣੀਆਂ, ਇਹਨਾਂ ਹਾਲਾਤਾਂ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਜੀ। ਤੁਸੀਂ ਦੇਖੋ ਅਕਾਲੀ ਦਲ 10 ਸੀਟਾਂ ਲੜ ਕੇ, ਅਕਾਲੀ ਦਲ ਨੂੰ 2 ਸੀਟਾਂ ਮਿਲੀਆਂ, 10 ਸੀਟਾਂ ਲੜ ਕੇ 2 ਸੀਟਾਂ ਮਿਲੀਆਂ। ਇਹਦਾ ਮਤਲਬ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਪਊਗੀ ਨਾ, ਕਿ ਸਿੱਧੂ ਸਾਹਿਬ ਦਾ ਅਸਤੀਫਾ ਨਹੀਂ ਚਾਹੀਦਾ? ਜ਼ਿੰਮੇਵਾਰੀ ਦੀ ਗੱਲ ਇਹ ਹੈਗੀ ਹੈ ਕਿ 8 ਸੀਟਾਂ ਅਸੀਂ ਜਿੱਤੇ ਹਾਂ। ਜਿਹੜਾ ਬਠਿੰਡਾ ਅਤੇ ਦੇਖੋ ਜਿਹੜਾ ਹੈਗਾ ਉੱਥੇ ਅਸਰ ਸਿੱਧੂ ਸਾਹਿਬ ਦੇ ਬਿਆਨ ਦਾ ਬਹੁਤ ਹੱਦ ਤੱਕ ਪਿਆ, ਅਤੇ ਉਹਦਾ ਜਿਹੜਾ ਖਮਿਆਜ਼ਾ ਤਾਂ ਭੁਗਤਣਾ ਪਏਗਾ ਜੀ ਉਹਨਾਂ ਨੂੰ। ਉਹਦੇ ਤਾਂ ਪਾਰਟੀ ਸਿੱਧੂ ਸਾਹਿਬ ਦਾ ਅਸਤੀਫਾ ਮੰਗੂਗੀ ਜਾਂ ਪਾਰਟੀ ਮਨਪ੍ਰੀਤ ਸਿੰਘ ਬਾਦਲ ਦਾ ਅਸਤੀਫਾ ਮੰਗੂਗੀ? ਇਹ ਤਾਂ ਦੇਖੋ, ਕਿਉਂਕਿ ਤੁਸੀਂ ਕਿਹਾ ਸੀਗਾ ਜਿਹੜੇ ਹਲਕੇ ਦੇ ਵਿੱਚ ਜਿਹੜਾ ਜਿਹੜਾ ਨੁਮਾਇੰਦਾ ਹੈਗਾ ਉਹਦੀ ਜ਼ਿੰਮੇਵਾਰੀ ਬਣਦੀ ਹੈ। ਇਹ ਹੁਣ ਕੈਪਟਨ ਸਾਹਿਬ ਨੇ ਫੈਸਲਾ ਕਰਨਾ ਹੈ ਕੀ ਕਰਦੇ ਨੇ, ਕਿਹਦਾ ਅਸਤੀਫਾ ਮੰਗਦੇ ਨੇ, ਕਿਹਦਾ ਨਹੀਂ ਮੰਗਦੇ, ਕੌਣ ਅਸਤੀਫਾ ਆਪਣੇ ਆਪ ਵੱਲੋਂ ਦਿੰਦਾ ਹੈ। ਲੇਕਿਨ ਇਹ ਫੈਕਟ ਹੈ ਜੀ, ਇਹ ਜਦੋਂ ਏਡੀ ਦੇਖੋ ਪਿਚਡ ਬੈਟਲ ਸੀ ਇਹ ਉੱਥੇ ਬਠਿੰਡੇ ਦੇ ਪਿਚਡ ਬੈਟਲ, ਅਤੇ ਫਰਕ ਕਿੰਨਾ? ਸਿਰਫ 21,000 ਦਾ ਫਰਕ ਹੈਗਾ, ਅਤੇ ਉਹ ਜਿੱਤ ਰਹੇ ਸੀ ਸੀਟ ਅਸੀਂ। ਤੁਸੀਂ ਇਸ ਗੱਲ ਨਾਲ ਐਗਰੀ ਕਰਦੇ ਹੋ? ਵੈਸੇ ਤਾਂ ਤੁਹਾਡੀ ਵਿਰੋਧੀ ਪਾਰਟੀ ਹੈ, ਤੁਸੀਂ ਤਾਂ ਕੁਛ ਵੀ ਕਹਿ ਦਿਓ। ਨਵਜੋਤ ਸਿੰਘ ਸਿੱਧੂ ਦੇ ਬਿਆਨ ਕਰਕੇ ਬਠਿੰਡਾ ਸੀਟ ਹਾਰ ਗਏ, ਇਹਦਾ ਮਤਲਬ ਹਰ ਸਿੰਘ ਬਾਦਲ ਦਾ ਉੱਥੇ ਕੋਈ ਵੱਡਾ ਲਹਿਰ ਨਹੀਂ ਹੈਗੀ ਸੀ, ਨਾ ਮੋਦੀ ਸਾਹਿਬ ਦੀ ਕੋਈ ਲਹਿਰ ਸੀ, ਬਿਲਕੁਲ ਨਾ ਕੇਂਦਰੀ ਮੰਤਰੀ ਹੋਣ ਦੇ ਨਾਤੇ ਉਹਨਾਂ ਦੇ ਕੰਮਾਂ ਦਾ ਕੋਈ ਬੋਲਬਾਲਾ ਸੀ, ਸਿਰਫ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ, ਕੇਂਦਰੀ ਮੰਤਰੀ ਹਰ ਸਿੰਘ ਬਾਦਲ ਜਿੱਤ ਗਏ। ਦੇਖੋ ਗੱਲ ਇਸ ਤਰ੍ਹਾਂ ਹੈ ਕਿ ਅਗਰ ਨਵਜੋਤ ਸਿੰਘ ਸਿੱਧੂ ਇੰਨਾ ਹੀ ਅਸਰਦਾਰ ਹੁੰਦਾ ਤੇ ਇਹ ਪੰਜਾਬ ਦੇ ਵਿੱਚ ਉਹਦੀਆਂ ਹੋਰ ਥਾਵਾਂ 'ਤੇ ਵੀ ਰੈਲੀਆਂ ਕਰਾਉਂਦੇ, ਉਹਨੂੰ ਪ੍ਰਿਅੰਕਾ ਗਾਂਧੀ ਦੇ ਜਹਾਜ਼ 'ਚ ਬਹਿ ਕੇ ਇੱਥੇ ਆ ਕੇ ਐਂਟਰ ਕਰਨ ਦੀ ਲੋੜ ਨਾ ਪੈਂਦੀ, ਕਿਉਂਕਿ ਇੱਥੇ ਉਹਨੂੰ ਕਿਤੇ ਬੁਲਾਇਆ ਹੀ ਨਹੀਂ ਗਿਆ। ਅਤੇ ਬਾਕੀ ਥਾਵਾਂ ਦੇ ਉੱਤੇ ਚਲੋ ਜਿੱਥੇ ਜਿੱਥੇ ਗਏ ਨੇ, ਕਿੰਨੀ ਕੁ ਉਹਨਾਂ ਨੇ ਜਿੱਤ ਪ੍ਰਾਪਤ ਕਰਾਈ ਹੈ ਜਾਂ ਕੀ ਉਹਨਾਂ ਨੇ ਬੈਨੀਫਿਟ ਕੀਤਾ ਇਹ ਤੁਹਾਡੇ ਸਾਹਮਣੇ ਸਾਰਾ ਨਹੀਂ। ਪਰ ਪੰਜਾਬ ਵਿੱਚ ਤਾਂ 2 ਥਾਂ 'ਤੇ ਗਏ, 2 ਥਾਂ ਹਾਰ ਗਏ। ਦੇਖੋ ਮੈਂ ਤਾਂ ਉਹੀ ਗੱਲ ਕਹੀ ਹੈ ਨਾ, ਕਿੰਨਾ ਕੁ ਬੈਨੀਫਿਟ ਕਰਦੇ, ਸ਼ਾਇਦ ਇਸੇ ਕਰਕੇ ਉਹਨਾਂ ਨੂੰ ਇੱਥੇ ਬੁਲਾਇਆ ਨਹੀਂ ਗਿਆ ਸੀਗਾ, ਕਿਤੇ ਵੀ ਉਹਨਾਂ ਨੂੰ ਇੰਟਰਟੇਨ ਹੀ ਨਹੀਂ ਕੀਤਾ ਗਿਆ ਸੀਗਾ ਵੀ ਉਹ ਕਿਤੇ ਵੀ ਰੈਲੀ ਦੇ ਵਿੱਚ ਆਉਣ। ਔਰ ਜਦੋਂ ਗਏ ਨੇ ਤਾਂ ਉਹ ਪ੍ਰਿਅੰਕਾ ਗਾਂਧੀ ਦੇ ਨਾਲ ਗਏ, ਉਹਨਾਂ ਜਹਾਜ਼ 'ਚ ਬਹਿ ਕੇ ਦਿੱਲੀਓਂ ਆਏ, ਅਤੇ ਜਿੱਥੇ ਜਿੱਥੇ ਜਾਣਾ ਸੀ ਉਹਨਾਂ ਕਿਹਾ ਮੈਂ ਤਾਂ ਪ੍ਰਿਅੰਕਾ ਗਾਂਧੀ ਨੇ ਬੁਲਾਇਆ ਤਾਂ ਮੈਂ ਆਇਆ। ਅਤੇ ਮੇਰਾ ਖਿਆਲ ਹੈ ਕਿ ਨਾ ਆਉਂਦੇ ਤਾਂ ਸ਼ਾਇਦ ਕਾਂਗਰਸ ਵਾਲੇ ਥੋੜ੍ਹਾ ਬਹੁਤ ਸ਼ਾਇਦ ਕਿਤੇ ਪਲਾ ਹੋ ਜਾਂਦਾ। ਲੇਕਿਨ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੂੰਗਾ ਕਿ ਇਕੱਲੀ ਜ਼ਿੰਮੇਵਾਰੀ ਇੱਕ ਜਣੇ ਦੀ ਨਹੀਂ ਹੁੰਦੀ, ਜਦੋਂ ਕੋਈ ਚੀਜ਼ ਹਾਰਦੇ ਹਾਂ ਅਸੀਂ ਉਹਦੇ 'ਚ ਪੂਰਾ ਟੀਮ ਵਰਕ ਹੁੰਦਾ। ਜਿਸ ਪਾਰਟੀ ਦੇ 2 ਪ੍ਰਧਾਨ, ਚਾਹੇ ਉਹ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਹੋਵੇ ਅਤੇ ਚਾਹੇ ਉਹ ਆਲ ਇੰਡੀਆ ਪ੍ਰਧਾਨ ਹੋਵੇ, ਉਹ ਆਪਣੀਆਂ ਸੀਟਾਂ ਹੀ ਗਵਾ ਬੈਠੇ ਹੈ, ਉਹ ਬਾਕੀ ਪਾਰਟੀ ਦਾ ਕੀ ਭਲਾ ਕਰਨਗੇ? ਹੁਣ ਜਿਹਦੇ ਮਰਜ਼ੀ ਤੁਸੀਂ ਨਜ਼ਲਾ ਸੁੱਟੀ ਜਾਓ, ਜਿਹਦੇ ਮਰਜ਼ੀ ਤੁਸੀਂ ਐਲੀਗੇਸ਼ਨ ਲਾਈ ਜਾਓ, ਉਹ ਤਾਂ ਹੁਣ ਤੁਸੀਂ ਸਿਰੇ ਆਪਣਾ ਆਪ ਨੂੰ ਜਿਹਨੂੰ ਕਹਿੰਦੇ ਨੇ ਕਿ ਸਕਿਨ ਬਚਾਉਣ ਵਾਲੀ ਗੱਲ ਹੈ। ਲੇਕਿਨ ਜਿਹੜੇ ਪਾਰਟੀ ਦੇ 2 ਵੱਡੇ ਪ੍ਰਧਾਨ, ਪੰਜਾਬ ਦਾ ਪ੍ਰਧਾਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ, ਜਦੋਂ ਆਪਣੀ ਸੀਟ ਜਿਹੜੀ ਹੈ ਉਹ ਤੋਂ ਹਾਰ ਜਾਣ, ਤਾਂ ਮੇਰਾ ਖਿਆਲ ਵੀ ਇਸ ਤੋਂ ਵੱਡੀ ਸ਼ਰਮਨਾਕ ਚੀਜ਼ ਤਾਂ ਨਹੀਂ ਹੋਣੀ ਚਾਹੀਦੀ, ਦੋਨਾਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ। ਵਿਕਰਮਜੀਤ, ਵਿਕਰਮਜੀਤ, ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਟਸਲ
ਜਾਂ ਟਸਲ ਇਸ ਕਰਕੇ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕੱਦ ਆ ਜਿਹੜਾ ਹਾਈ ਕਮਾਨ ਤੱਕ ਵੱਧ ਗਿਆ ਹੈਗਾ, ਜਾਂ ਟਸਲ ਇਸ ਕਰਕੇ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਉਦੋਂ ਡਿਪਟੀ ਉਪ ਮੁੱਖ ਮੰਤਰੀ ਦਾ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਚਾਹੀਦਾ ਸੀਗਾ ਉਹ ਨਹੀਂ ਮਿਲਿਆ ਗਾ, ਜਾਂ ਟਸਲ ਇਸ ਕਰਕੇ ਹੈ ਕਿ ਦੋ ਪਟਿਆਲੇ ਦੇ ਇਹ ਸ਼ਖਸੀਅਤਾਂ ਹੈਗੀਆਂ ਅਤੇ ਦੋਨਾਂ ਵਿੱਚ ਆਪਸ ਵਿੱਚ ਟਕਰਾਅ ਹੈਗਾ, ਕਿਹੜਾ ਟਕਰਾਅ ਤੁਸੀਂ ਵੱਡਾ ਮੰਨਦੇ ਹੋ? ਆਈ ਥਿੰਕ ਟੂ ਸੇ ਕਿ ਵਨ ਇਜ਼ ਪ੍ਰੀਡੋਮੀਨੈਂਟਲੀ ਫੈਕਟਰ ਐਂਡ ਦੀ ਅਦਰਸ ਆਰ ਵੈਰੀ ਲੈਸ, ਆਈ ਥਿੰਕ ਵੁੱਡ ਇਹ ਨੋਟ ਵੈਰੀ ਐਕੂਰੇਟ। ਆਈ ਥਿੰਕ ਇਹ ਸਾਰਾ ਹੀ ਅਮੈਲਗਮ ਹੈਗਾ ਹੈ, ਕਿਉਂਕਿ ਈਵਨ ਜਦ ਨਵੀਂ ਕਾਂਗਰਸ ਸਰਕਾਰ ਸਵੇਰੇ ਹੋਈ ਸੀ ਉਸ ਟਾਈਮ ਦੀ ਗੱਲ ਸੀਗੀ ਕਿ ਅਮਰਿੰਦਰ ਔਰ ਨਵਜੋਤ ਵਿੱਚ ਕਾਫੀ ਰਾਈਵਲਰੀ ਹੈ ਔਰ ਇੱਕ ਦੂਜੇ ਨੂੰ ਇਹ ਕੱਟਣ ਦੀ ਕੋਸ਼ਿਸ਼ ਕਰਨਗੇ ਔਰ ਚੈਲੰਜ ਬਿਫੋਰ ਨਿਊ ਕਾਂਗਰਸ ਗਵਰਨਮੈਂਟ ਵਿਲ ਬੀ ਕਿ ਇਹ ਜਿਹੜੀ ਰਾਈਵਲਰੀ ਹੈ ਇਹ ਕਿਸ ਤਰ੍ਹਾਂ ਮੈਨੇਜ ਕੀਤੀ ਜਾਏਗੀ, ਕਿਉਂਕਿ ਨਵਜੋਤ ਸਿੱਧੂ ਇਹ ਕਾਂਗਰਸ ਹਾਈਕਮਾਂਡ ਦਾ ਖਾਸ ਆਦਮੀ ਹੈ ਔਰ ਇਹ ਕਾਂਗਰਸ ਹਾਈਕਮਾਂਡ ਦੀ ਇਹ ਸ਼ੁਰੂ ਤੋਂ ਗੇਮ ਰਹੀ ਹੈ ਕਿ ਇਹ ਜਿਹੜੇ ਰੀਜਨਲ ਲੀਡਰਸ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਬੈਲੈਂਸ ਕਰਕੇ ਰੱਖੀਏ ਕਿ ਜ਼ਿਆਦਾ ਇਹਨਾਂ ਦਾ ਕੱਦ ਉੱਚਾ ਨਾ ਹੋਏ। ਸੋ ਅਮਰਿੰਦਰ ਨੂੰ ਨਿਊਟਰਲਾਈਜ਼ ਕਰਨ ਜਾਂ ਉਹਨੂੰ ਅਮਰਿੰਦਰ ਨੂੰ ਆਪਣੀ ਵਾਟ ਯੂ ਕਾਲ ਕੀਪ ਹਿਮ ਇਨ ਹਿਸ ਪਲੇਸ, ਇਹਨਾਂ ਨੇ ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਂਡ ਨੇ ਸਪੋਂਸਰ ਕੀਤਾ। ਲੇਕਿਨ ਇਹ ਜਿਹੜਾ ਨਵਜੋਤ ਸਿੱਧੂ ਨੇ ਕਰਤਾਰਪੁਰ ਸਾਹਿਬ ਜਾ ਕੇ ਜਿਹੜਾ ਹੀ ਐਕਟਡ ਐਜ਼ ਅ ਕੈਟਲਿਸਟ ਫੋਰ ਦੀ ਓਪਨਿੰਗ ਆਫ ਦ ਕਰਤਾਰਪੁਰ ਕੋਰੀਡੋਰ, ਇਹ ਅਮਰਿੰਦਰ ਨੂੰ ਬਿਲਕੁਲ ਨਹੀਂ ਠੀਕ ਲੱਗਾ, ਕਿਉਂਕਿ ਅਗਰ ਤੁਸੀਂ ਅਮਰਿੰਦਰ ਦੇ ਰਿਐਕਸ਼ਨਸ ਦੇਖੋ ਤਾਂ ਬੜੇ ਸਵੀਅਰ ਰਿਐਕਸ਼ਨਸ ਆਏ ਸੀ ਟੂ ਕਰਤਾਰਪੁਰ ਔਰ ਅੰਦਰੋਂ ਇਹ ਲੱਗ ਰਿਹਾ ਸੀ ਕਿ ਕੈਪਟਨ ਅਮਰਿੰਦਰ ਵੀ ਵੈਸੇ ਕਈ ਪੂਰੇ ਦਿਲ ਸੱਚੇ ਦਿਲ ਤੋਂ ਕਰਤਾਰਪੁਰ ਕੋਰੀਡੋਰ ਚਾਹ ਰਹੇ ਨੇ, ਕਿਉਂਕਿ ਨਵਜੋਤ ਗੋਟ ਦਾ ਕ੍ਰੈਡਿਟ। ਸੋ ਆਈ ਥਿੰਕ ਉਹ ਔਰ ਨੋਟ ਜਸਟ ਅਮਰਿੰਦਰ, ਈਵਨ ਦ ਬਾਦਲ ਫੈਮਿਲੀ, ਈਵਨ ਦੇ ਡਿਡ ਲਾਈਕ ਇਹ ਕਰਤਾਰਪੁਰ। ਬਾਦਲ ਫੈਮਿਲੀ ਦਾ ਜ਼ਿਕਰ ਕੀਤਾ, ਮੈਂ ਬਾਦਲ ਫੈਮਿਲੀ ਦਾ ਬਿਆਨ ਸੁਣਾ ਦਵਾਂ, ਹੁਣੇ ਬਿਆਨ ਆ ਗਿਆ। ਪ੍ਰਕਾਸ਼ ਸਿੰਘ ਬਾਦਲ ਬੋਲ ਰਹੇ ਆ, ਹਰਸ਼ਿੰਗ ਕੋ ਬਾਦਲ ਨੇ ਟਿੱਪਣੀ ਕੀਤੀ ਆ, ਸੁਖਬੀਰ ਸਿੰਘ ਬਾਦਲ ਬੋਲ ਰਿਹਾ, ਬਾਦਲ ਪਰਿਵਾਰ ਦੀ ਟਿੱਪਣੀ ਕੀ ਆ ਗਈ ਪਹਿਲਾਂ ਸੁਣ ਲਈਏ। ਜੋ ਸਾਡੇ ਸਾਥੀ ਸਨ ਸਾਰੇ, ਸਭ ਵਧਾਈ ਦੇ ਪਾਤਰ ਆ। ਸਭ ਤੋਂ ਜ਼ਿਆਦਾ ਜਨਤਾ ਦਾ ਧੰਨਵਾਦ ਹੈ, ਅਸਲ ਤਾਂ ਜਨਤਾ ਦਾ ਧੰਨਵਾਦ ਹੈ। ਕਾਂਗਰਸ ਪਾਰਟੀ ਦੇ ਸਾਰੇ ਵਿਰੋਧੀ ਇਕੱਠੇ ਹੋ ਗਏ ਸੀ ਇੱਕ ਮਿਸ਼ਨ ਲੈ ਕੇ ਕਿ ਬਾਦਲ ਪ੍ਰਾਨ ਹਰਸਿਮਰਨ ਨੂੰ ਹਰਾਉਣਾ, ਪਰ ਵਿਰੋਧੀਆਂ ਦੀ ਹਾਰ ਹੋਈ। ਪਰਮਾਤਮਾ ਦੇ ਸਿਰ ਤੇ ਹੱਥ, ਸਾਡੇ ਤੇ ਸਿਰ ਦਾ ਹੱਥ ਸੀ ਐਂਡ ਲੋਕਾਂ ਦਾ ਸਾਥ ਸੀ, ਜੰਗ ਲੜੀ, ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ, ਪਰ ਪਰਮਾਤਮਾ ਦੇ ਲੋਕਾਂ ਦਾ ਭਰੋਸਾ। ਨਹੀਂ, ਪਰਮਾਤਮਾ ਦੇ ਵਿਸ਼ਵਾਸ ਤੇ ਲੋਕਾਂ ਦੇ ਪਿਆਰ ਦੇ ਵਿਸ਼ਵਾਸ ਪਿਛਲੇ ਨਾਲੋਂ ਹੁਣ ਵੱਧ ਆਈ ਵੋਟਾਂ ਮਿਲੀਆਂ। ਸਾਧ ਸੰਗਤ ਨੇ ਮੇਰਾ ਸਾਥ ਦਿੱਤਾ, ਮੇਰੇ ਵਰਕਰਾਂ ਨੇ ਅੰਤ ਤੱਕ ਮਿਹਨਤ ਕੀਤੀ, ਜ਼ੋਰ ਤੇ ਜ਼ਬਰਦਸਤ ਸਾਹਮਣਾ ਕੀਤਾ, ਲੜਾਈਆਂ ਲੜੀਆਂ, ਸਾਡੇ ਵਰਕਰਾਂ ਦੀ ਹੈਗੀ, ਮੇਰੀ ਜਿੱਤ ਨਹੀਂ ਹੈਗੀ, ਇਹ ਅਸਲ ਤੇ ਉਹ ਜਿੱਤ ਲੈ ਕੇ ਆਏ ਨੇ, ਸੇਰਾ ਸਾਰੇ ਵਰਕਰਾਂ ਨੂੰ ਜਾਂਦਾ ਹੈ ਤੇ ਮੈਂ ਉਹਨਾਂ ਸਾਰਿਆਂ ਦੇ ਚਰਨਾਂ 'ਚ ਨਮਨ ਕਰਦੀ ਹਾਂ। ਕੇਬੀ, ਇਸ ਤੋਂ ਪਹਿਲਾਂ ਤੁਸੀਂ ਸਵਾਲ ਪੁੱਛੋ, ਸਵਾਲ ਤੁਹਾਡੇ ਕੋਲ। ਤੁਸੀਂ ਹਰਸਿਮਰਤ ਕੌਰ ਬਾਦਲ ਨੂੰ ਇੰਟਰਵਿਊ ਵੀ ਕੀਤਾ, ਉਸ ਦਿਨ ਇਹ ਕੌਨਫੀਡੈਂਸ ਸੀਗਾ ਜਿਹੜਾ ਅੱਜ ਨਜ਼ਰ ਆ ਰਿਹਾ? ਨਹੀਂ, ਉਸ ਦਿਨ ਹਰਸਿੰਘ ਬਾਦਲ ਨੂੰ ਮੈਂ ਜਿਹੜਾ ਸਵਾਲ ਤੁਹਾਡੇ ਸਵਾਲ ਦੇ ਨਾਲ ਇੱਕ ਹੋਰ ਸਵਾਲ ਮੈਂ ਜੋੜਨਾ ਚਾਹੁੰਦਾ, ਮੈਂ ਹਰਸਿੰਘ ਬਾਦਲ ਨੂੰ ਇਹ ਸਵਾਲ ਕੀਤਾ ਸੀਗਾ, ਜੇ ਬਾਈ ਚਾਂਸ ਤੁਸੀਂ ਜਿੱਤ ਗਏ ਅਤੇ ਸੈਂਟਰ ਦੇ ਵਿੱਚ ਮੋਦੀ ਸਰਕਾਰ ਆ ਗਈ, ਦੋਵਾਂ ਵਿੱਚੋਂ ਮੰਤਰੀ ਕੌਣ ਬਣੇਗਾ, ਕਿਉਂਕਿ ਦੋ ਬਰਥ ਤਾਂ ਮਿਲੀਆਂ ਨੇ ਅਕਾਲੀ ਦਲ ਨੂੰ? ਅਤੇ ਹਰਸਿੰਘ ਬਾਦਲ ਦਾ ਜਵਾਬ ਸੀਗਾ, ਅਸੀਂ ਤਾਂ ਪੰਜ ਮੰਗਦੇ ਪਏ ਹਾਂ, ਉਹ ਇੱਕ ਤਰੀਕੇ ਨਾਲ ਇੱਕ ਕਟਾਕਸ਼ ਕੀਤਾ ਗਿਆ ਸੀਗਾ, ਪਰ ਉਹਨਾਂ ਨੇ ਜਿਹੜਾ ਰੀਅਲ ਆਂਸਰ ਦਿੱਤਾ ਉਹ ਇਹ ਆਂਸਰ ਦਿੱਤਾ ਸੀਗਾ ਕਿ ਮੈਂ ਚਾਹੁੰਦੀ ਹਾਂ ਸੁਖਬੀਰ ਸਿੰਘ ਬਾਦਲ ਕੈਬਨਿਟ ਰੈਂਕ ਹਾਸਲ ਕਰਨ। ਇਹਦਾ ਮਤਲਬ ਇਹ ਬਣਦਾ ਹੈ ਗਗਨਦੀਪ ਉਸ ਦਿਨ ਕੌਨਫੀਡੈਂਸ ਨਹੀਂ ਸੀਗਾ। ਬਾਦਲ ਸਾਹਿਬ ਦੀ ਜਿਹੜੀ ਖੁਸ਼ੀ ਸੀਗੀ ਜਿਸ ਦੇ ਵਿੱਚ ਉਹ ਥੋੜ੍ਹੇ ਜਿਹੇ ਇਮੋਸ਼ਨਲ ਵੀ ਨਜ਼ਰ ਆਏ, ਇਹ ਇਸ ਲਈ ਵੀ ਸੀਗੇ ਪੁੱਤ ਅਤੇ ਨੂੰਹ ਦੋਵੇਂ ਜਿੱਤ ਗਏ ਅਤੇ ਪੁੱਤ ਹੁਣ ਕੈਬਨਿਟ ਵਿੱਚ ਜਾਏਗਾ? ਨਹੀਂ, ਦੇਖੋ ਬਾਦਲ ਸਾਹਿਬ ਦੀ ਜਿਹੜੀ ਖੁਸ਼ੀ ਹੈ, ਕਿਉਂਕਿ ਪਿਛਲੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਇੱਕ ਹਾਸ਼ੀਏ 'ਤੇ ਚਲਾ ਗਿਆ ਸੀਗਾ, ਤੀਸਰੀ ਧੀਰ ਬਣ ਗਿਆ ਸੀਗਾ, ਲੇਕਿਨ ਇਸ ਇਲੈਕਸ਼ਨ ਦੇ ਵਿੱਚ ਹਾਸ਼ੀਏ 'ਤੇ ਹੈ, ਪਰਿਵਾਰ ਦੇ ਦੋ ਮੈਂਬਰ ਜਿੱਤੇ ਨੇ, ਅਕਾਲੀ ਦਲ ਤਾਂ ਛੱਡਤਾ ਇਹਨਾਂ ਨੇ, ਅਕਾਲੀ ਦਲ ਤਾਂ ਅਕਾਲੀ ਦਲ ਛੱਡਤਾ, ਦਸਾਂ 'ਚੋਂ 8 ਬੰਦੇ ਹੈਗੇ, ਇਸ ਵਿੱਚ ਵਜਨ ਹੈਗਾ, ਅਕਾਲੀ ਦਲ ਪਾਸੇ ਕਰਤਾ, ਸਿਰਫ ਤੇ ਸਿਰਫ ਦੋ ਆਪਣੇ ਪਰਿਵਾਰ ਮੈਂਬਰ ਜਿੱਤੇ ਨੇ। ਗੱਲ ਪੂਰੀ ਹੋ ਲੈਣ ਦਿਓ, ਬੜਾ ਫਰਕ ਆ, ਚਲੋ ਗੱਲ ਪੂਰੀ ਹੋ ਲੈਣ ਦਿਓ ਮੇਰੀ, ਤੁਸੀਂ ਉਸ ਵਾਰ ਜਵਾਬ ਦੇ ਦਿਓ। ਅੱਜ ਅਕਾਲੀ ਦਲ ਨੇ ਦੂਸਰੀ ਧੀਰ ਬਣ ਕੇ ਪੰਜਾਬ ਦੇ ਵਿੱਚ ਖੜਾ ਹੋ ਗਿਆ, ਜਿਹੜੀ ਆਮ ਆਦਮੀ ਪਾਰਟੀ ਖੜੀ ਸੀਗੀ ਉਹ ਅੱਜ ਕਿਤੇ ਹਾਸ਼ੀਏ 'ਤੇ ਚਲੀ ਗਈ ਹੈ, ਅੱਜ ਉਹ ਪੂਰੇ ਬਰਾਬਰ ਪੈਰਲ ਖੜਾ ਹੈ ਓਪੋਜੀਸ਼ਨ ਦੇ ਵਿੱਚ, ਅੱਜ ਤਕੜੀ ਓਪੋਜੀਸ਼ਨ ਜਿਹੜੀ ਹੈ ਅਕਾਲੀ ਦਲ ਦੀ ਖੜੀ ਹੈ, ਹੁਣ ਥੋੜੀਆਂ ਥੋੜੀਆਂ ਵੋਟਾਂ ਤੋਂ ਹਰ ਜਗ੍ਹਾ 'ਤੇ ਹਾਰੇ ਨੇ, ਬਹੁਤ ਜ਼ਿਆਦਾ ਮਾਰਜਨ ਨਹੀਂ ਹੈਗੇ। ਪਰਿਵਾਰ ਸੁਖਬੀਰ ਸਿੰਘ ਬਾਦਲ ਅਤੇ ਹਰਸਿੰਘ ਬਾਦਲ ਆਪਦੀ ਵਜ੍ਹਾ ਕਰਕੇ ਜਿੱਤੇ ਜਾਂ ਮੋਦੀ ਸਾਹਿਬ ਦੀ ਵਜ੍ਹਾ ਕਰਕੇ ਜਿੱਤੇ? ਦੇਖੋ, ਇੱਥੇ ਦੋਨੋਂ ਚੀਜ਼ਾਂ ਨੇ, ਮੋਦੀ ਸਾਹਿਬ ਦਾ ਅਸਰ ਵੀ ਹੈਗਾ,
ਦੂਸਰਾ ਜਿਹੜਾ ਸੁਖਬੀਰ ਬਾਦਲ ਹੁਣੀ ਨੇ ਉਹਨਾਂ ਨੇ ਆਪਣੇ ਨੂੰ ਰਿਵਾਈਵ ਕਰ ਲਿਆ। ਮੋਦੀ ਜੋ ਪੰਜਾਬ ਦਾ ਨਤੀਜਾ ਹੈਗਾ ਉਸ ਦੀ ਜ਼ਿੰਮੇਵਾਰੀ ਵੀ ਭਾਰਤੀ ਜਨਤਾ ਪਾਰਟੀ ਲੈਂਦੀ ਹੈ। ਦੇਖੋ ਭਾਰਤੀ ਜਨਤਾ ਪਾਰਟੀ ਤਾਂ ਸਾਰੇ ਹਿੰਦੁਸਤਾਨ ਜਿੱਥੇ ਜਿੱਥੇ ਜਿੱਤੇ ਹੈ, ਮੋਦੀ ਸਾਹਿਬ ਨੇ ਮਿਹਨਤ ਕੀਤੀ ਹੈ ਔਰ ਅਸੀਂ ਇਲੈਕਸ਼ਨ ਦਿੱਤੀ ਹੈ, ਲੇਕਿਨ ਪੰਜਾਬ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਉੱਥੇ ਬਾਦਲ ਜਿਹੜਾ ਪਰਿਵਾਰ ਹੈਗਾ, ਬਾਦਲ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੇ ਮਿਹਨਤ ਕੀਤੀ ਔਰ ਆਪਣੇ ਆਪ ਨੂੰ ਰਿਵਾਈਵ ਕੀਤਾ ਜਿੱਦਣ ਦੀ ਆਪਰੇਸ਼ਨ 'ਚ ਆਏ ਨੇ। ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਬਾਦਲ ਪਰਿਵਾਰ ਦੀ ਗੱਲ ਕਰ ਰਹੇ ਹੋ ਨਾ, ਬਾਦਲ ਪਰਿਵਾਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ, ਪਰਿਵਾਰ ਤੇ ਹੈ ਹੀ ਸਾਰੇ ਨੇ ਮਿਲ ਕੇ ਉੱਥੇ। ਖੁਸ਼ੀ ਵੀ ਇਹੀ ਹੈ ਨਾ ਕਿ ਪਰਿਵਾਰ ਬਚ ਗਿਆ, ਪਰਿਵਾਰ ਦਾ ਫਿਊਚਰ ਹੈਗਾ ਹਜੇ। ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਦਾ ਫਿਊਚਰ ਹੈਗਾ, ਸ਼੍ਰੋਮਣੀ ਅਕਾਲੀ ਦਲ ਅੱਜ ਜਿਹੜਾ ਹੈਗਾ ਐਸਟੈਬਲਿਸ਼ ਹੋ ਗਿਆ ਔਰ ਆਉਣ ਵਾਲਾ ਜਿਹੜੀ ਵੀ ਇਲੈਕਸ਼ਨ ਆ 5-6 ਇਲੈਕਸ਼ਨਾਂ ਹੋਣੀਆਂ ਨੇ ਹੁਣ ਬਾਈ ਇਲੈਕਸ਼ਨ, ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ। ਲਾਸਟ ਕਮੈਂਟ ਤੁਹਾਡਾ ਚਾਹੀਦਾ ਅਰਜੀਤ ਦਰ ਸਾਹਿਬ ਜੀ, ਸਵਰਾਜ ਦੀ ਗੱਲ ਕਰਦੇ ਹੋ, ਮੇਰਾ ਸਵਾਲ ਹੈਗਾ ਪਰਿਵਾਰ ਤੇ, ਇਹ ਪਰਿਵਾਰਵਾਦ ਹੈ ਜਿਹੜਾ ਉਹ ਪਰਿਵਾਰਵਾਦ ਤੋਂ ਮੈਂ ਸਵਾਲ ਛੱਡ ਦਿੰਦਾ ਸ਼ਾਇਦ, ਪਰ ਪਰਿਵਾਰ ਹੈ ਜਿਹੜਾ ਪੋਲਿਟਿਕਸ 'ਤੇ ਭਾਰੂ ਹੋਇਆ ਪਿਆ, ਕੋਈ ਵੀ ਪਰਿਵਾਰ ਹੈ, ਸਾਰੇ ਵੱਡੇ ਪਰਿਵਾਰਾਂ 'ਚ ਮੈਂ ਨਾਮ ਲਊਂਗਾ ਸ਼ਾਇਦ ਆਪਣਾ ਸਮਾਂ ਵੀ ਖਤਮ ਹੋ ਜੂਗਾ। ਇਸ ਪਰਿਵਾਰਵਾਦ ਦੀ ਪੋਲਿਟਿਕਸ ਦੇ ਵਿਚਾਲੇ ਜਿਹੜਾ ਜਿਹੜਾ ਜਿਹੜੇ ਸਵਰਾਜ ਤੁਸੀਂ ਜ਼ਿਕਰ ਕਰਦੇ, ਜਿਹੜਾ ਸਵਰਾਜ ਤੁਸੀਂ ਲੱਭਦੇ ਪਏ ਹੋ, ਉਹ ਲੱਭੂਗਾ ਕਦੇ? ਜਿਹੜੇ ਸਵਰਾਜ ਦੀ ਆਪਾਂ ਗੱਲ ਕਰਦੇ ਹਾਂ ਉਹ ਲੋਕਾਂ ਦੀ ਵੌਇਸ ਹੈ, ਲੋਕਾਂ ਨੂੰ ਜਦੋਂ ਮਜਬੂਰੀ ਹੋਏਗੀ ਕਿ ਪਰਿਵਾਰ ਹੀ ਚਾਰੇ ਪਾਸੇ ਹੋਏਗਾ ਤਾਂ ਉਹਨਾਂ 'ਚੋਂ ਕਿਸੇ ਨੂੰ ਚੁਣ ਲੈਣਗੇ। ਸੁਖਵੀਰ ਦੇ ਇਲੈਕਸ਼ਨ ਦੇ ਸਾਹਮਣੇ ਕੈਂਡੀਡੇਟ ਸੀ, ਉਹਨਾਂ ਦੇ ਪਰਿਵਾਰ ਦੀ ਤੁਸੀਂ ਗੱਲ ਕਰ ਲਓ, ਬੇਟਾ MLA ਉਹ MP ਦਾ ਲੜ ਰਹੇ ਸੀ। ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਹੋ ਸਕਦਾ ਲੋਕ ਪਰਿਵਾਰਾਂ 'ਚੋਂ ਕਿਸੇ ਨੂੰ ਚੁਣ ਲੈਣ, ਪਰ ਅਸਲ 'ਚ ਜਿਹੜੇ ਲੋਕ ਨੇ ਉਹ ਪਰਿਵਾਰਾਂ ਪਰਿਵਾਰ ਦੇ ਹੀ ਲੋਕਾਂ ਨੂੰ ਨਹੀਂ ਚੁਣਨਾ ਚਾਹੁੰਦੇ, ਅਤੇ ਨਾ ਹੀ ਹਲੇ ਵੀ ਇਹਦਾ ਮਤਲਬ ਇੰਨਾ ਗਹਿਰਾ ਹੈ ਕਿ ਹਲੇ ਵੀ ਭੁੱਲਰ ਸਾਹਿਬ ਨੂੰ ਤੁਸੀਂ ਜਦੋਂ ਦੂਜੀ ਵਾਰ ਉਲਟ ਕੇ ਪੁੱਛ ਲਿਆ ਗਗਨ ਜੀ ਨੇ ਕਿ ਅੱਛਾ ਤੁਸੀਂ ਪਰਿਵਾਰ ਦੀ ਗੱਲ ਕਰ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੀ, ਇਹਨਾਂ ਨੂੰ ਕਹਿਣਾ ਪਿਆ ਸ਼੍ਰੋਮਣੀ ਅਕਾਲੀ ਦਲ ਦੀ, ਇਹ ਪਤਾ ਹੈ ਕਿ ਜੇ ਪਰਿਵਾਰ ਦੀ ਗੱਲ ਕਰਦੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਹੈ, ਲੋਕ ਇਹਨੂੰ ਰਿਐਕਟ ਕਰਦੇ ਨੇ। ਅਸਲ 'ਚ ਪਰਿਵਾਰ ਇਸ ਤਰ੍ਹਾਂ ਮੈਨੇਜ ਕਰ ਰਹੇ ਨੇ ਚੀਜ਼ਾਂ ਨੂੰ, ਔਰ ਪੈਸਾ ਉਹਨਾਂ ਕੋਲ ਹੈ, ਜਿਵੇਂ ਦੋਵੇਂ ਸੀਟਾਂ ਲੜੀਆਂ ਨੇ ਅਕਾਲੀ ਦਲ ਨੇ, ਇੱਥੇ ਕਿੰਨਾ ਪੈਸਾ ਉਹਨਾਂ ਨੇ ਲਾਇਆ ਹੋਣਾ ਇਹ ਵੀ ਵੇਖਣ ਦੀ ਲੋੜ ਹੈ ਨਾ, ਕਦੇ ਕੋਈ ਵੇਖੇਗਾ ਹਿਸਾਬ ਲਾਏਗਾ ਕਿ ਕਿੰਨੀ ਤਾਕਤ ਅਤੇ ਕਿੰਨਾ ਪੈਸਾ ਪਾਰਟੀ ਦਾ ਪੂਰਾ ਇੱਥੇ ਲੱਗਿਆ ਹੋਣਾ। ਕੀ ਕਿਸੇ ਹੋਰ ਕੈਂਡੀਡੇਟ ਦੇ ਇਲੈਕਸ਼ਨ ਦੇ ਵਿੱਚ, ਪਟਿਆਲੇ ਦੇ ਜਿਹੜਾ ਕੈਂਡੀਡੇਟ ਹੈ ਉਹਦੇ ਵਾਸਤੇ ਇੰਨੇ ਰਿਸੋਰਸਿਸ ਪਾਰਟੀ ਦੇ ਲੱਗੇ ਹੋਣੇ? ਇਸ ਕਰਕੇ ਪਰਿਵਾਰ ਆਪਦੇ ਪਾਰਟੀ ਦੇ ਰਿਸੋਰਸਿਸ ਆਪ ਵਾਸਤੇ ਕਿੰਨੇ ਲਾਉਂਦੇ ਨੇ, ਪਾਰਟੀ ਦੇ ਨਾਂ 'ਤੇ ਰਿਸੋਰਸਿਸ ਕਿੰਨੇ ਲੈਂਦੇ ਨੇ, ਇਹ ਹਿਸਾਬ ਨਾ ਦੂਜੀ ਪਾਰਟੀਆਂ ਦੇ ਬੰਦਿਆਂ ਨੂੰ ਪੁੱਛਣੇ ਚਾਹੀਦੇ ਨੇ। ਇਹ ਪਾਰਟੀ ਦੇ ਵਿਧੀ ਲੋਕ ਜਦੋਂ ਪੁੱਛਣਾ ਸ਼ੁਰੂ ਕਰਨਗੇ ਉਦੋਂ ਜਾ ਕੇ ਵੰਸ਼ਵਾਦ 'ਤੇ ਵੀ ਠੱਲ ਪੈਣੀ ਹੈ। ਅਲਟੀਮੇਟਲੀ ਲੋਕਾਂ ਨੇ, ਤੁਸੀਂ ਇਹਦੇ ਉਦਾਹਰਣ ਵੇਖ ਲਓ, ਜਦੋਂ ਆਮ ਆਦਮੀ ਪਾਰਟੀ ਆਈ ਸੀ ਇਟ ਵਾਜ਼ ਨੋਟ ਅ ਬਿਗ ਥਿੰਗ, ਇਕੱਲੇ ਦਿੱਲੀ 'ਚ ਆਈ ਸੀ, ਪੰਜਾਬ ਦੇ 4 ਸੀਟਾਂ ਆਈਆਂ, ਪਰ ਜਦੋਂ ਉਹਨਾਂ ਨੇ ਕਿਹਾ ਕਿ ਇੱਥੇ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਦੂਜਾ ਬੰਦਾ ਨਹੀਂ ਹੋਏਗਾ, ਇੱਕ ਪਰਿਵਾਰ ਦਾ ਇੱਕੋ ਹੀ ਬੰਦਾ ਹੋਏਗਾ, ਆਮ ਬੰਦਾ ਵੀ ਐਪਲੀਕੇਸ਼ਨ ਦੇ ਸਕਦਾ, ਇਲੈਕਸ਼ਨ ਲੜ ਸਕਦਾ, ਲਾਈਨ ਲਾ ਕੇ ਲੋਕ ਆ ਗਏ ਸੀ। ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ, ਇੱਕ ਇੱਕ ਸੀਟ 'ਤੇ 50-50 ਬੰਦੇ ਨੇ ਐਪਲੀਕੇਸ਼ਨਾਂ ਦਿੱਤੀਆਂ ਸੀ। ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ BJP ਹੋਵੇ, ਪੰਜਾਬ ਦੇ ਵਿੱਚ ਤੁਸੀਂ ਲਾ ਲਓ ਕਿਸੇ ਵੀ ਕੰਸਟੀਟੂਐਂਸੀ 'ਚ ਕਿ ਕਿਸੇ ਪਾਰਟੀ ਦੇ 3 ਬੰਦਿਆਂ ਤੋਂ ਵੱਧ ਉਮੀਦਵਾਰ ਉਹ ਸੀ ਜਿਨ੍ਹਾਂ ਦੀ ਲੋਕ ਐਕਸਪੈਕਟੇਸ਼ਨ ਕਰ ਰਹੇ ਨੇ। ਲੋਕਾਂ ਨੂੰ ਪਤਾ ਸੀ ਆਏ ਨੂੰ ਮਿਲ ਜਾਣੀ ਹੈ, ਆਏ ਨੂੰ ਮਿਲ ਜਾਣੀ ਹੈ ਹਰ ਸੀਟ 'ਤੇ, ਕਿਤੇ ਕਿਤੇ ਤਾਂ ਇਕੱਲੇ ਹੀ ਸੀ। ਬਠਿੰਡੇ ਦੇ ਵਿੱਚ ਹਰਸਿਮਰਤ ਨੂੰ ਮਿਲਣੀ ਕਿਸੇ ਨੂੰ ਰੋੜਾ ਹੀ ਨਹੀਂ ਸੀਗਾ, ਇਸੇ ਤਰ੍ਹਾਂ ਪਟਿਆਲੇ 'ਚ ਪ੍ਰਨੀਤ ਕੌਰ ਨੂੰ ਮਿਲਣੀ ਕੋਈ ਰੋੜਾ ਹੀ ਨਹੀਂ ਸੀਗਾ, ਇੱਕ ਇੱਕ ਬੰਦਾ ਜਾਂ ਜ਼ਿਆਦਾ ਤੋਂ ਜ਼ਿਆਦਾ 2 ਬੰਦਾ। ਇਹ ਜਿਹੜਾ ਸਪੇਸ ਹੈ ਪੋਲੀਟਿਕਸ ਦਾ, ਇਹ ਪੋਲੀਟਿਕਸ ਡੀਪਨ ਤਾਂ ਹੀ ਹੋਏਗੀ, ਗਹਿਰੀ ਤਾਂ ਹੀ ਹੋਏਗੀ, ਲੋਕਤੰਤਰ ਵੀ ਗਹਿਰਾ ਤਾਂ ਹੀ ਹੋਏਗਾ ਜੇ ਇਹਦਾ ਸਪੇਸ ਓਪਨ ਹੋਏਗਾ। ਤਾਂ ਹੀ ਮੇਰਾ ਖਿਆਲ ਆਮ ਆਦਮੀ ਪਾਰਟੀ ਨੇ ਟਿਕਟਾਂ ਦੀ ਆਕਸ਼ਨ ਕੀਤੀ, ਇਹ ਮੈਂ ਵੀ ਇਹ ਕਹਿਣਾ, ਤਾਂ ਹੀ ਆਮ ਆਦਮੀ ਪਾਰਟੀ ਨੇ ਆਕਸ਼ਨ ਕੀਤੀ। ਬਿਲਕੁਲ ਬਿਲਕੁਲ, ਕਿਉਂਕਿ ਕੈਂਡੀਡੇਟ ਬਹੁਤ ਹੋ ਗਏ ਸੀਗੇ, ਉਹਨਾਂ 'ਚ ਬੋਲੀ ਲਵਾ ਲਈ ਔਰ ਪੈਸਾ ਕਮਾਇਆ। ਬਹੁਤ ਸਹੀ ਗੱਲ ਕਹਿ ਰਹੇ ਹੋ, ਆਮ ਆਦਮੀ ਪਾਰਟੀ ਜਿਹੜੇ ਵਿਚਾਰ ਨਾਲ ਆਈ ਸੀ ਉਹਦੇ ਨਾਲ ਨਹੀਂ ਖੜੀ ਰਹੀ, ਉਹਨੇ ਵੀ ਉਹੀ ਕੁਝ ਕੀਤਾ ਜਿਹੜੀ BJP ਅਤੇ ਕਾਂਗਰਸ ਕਰਦੀ ਸੀ। ਇਸ ਕਰਕੇ ਉਹ ਤਾਂ ਛੋਟੀ ਪਾਰਟੀ ਸੀ, ਹਲੇ ਉਭਰ ਰਹੀ ਸੀ, ਉਹ ਸ਼ੁਰੂ 'ਚ ਇਹ ਕੰਮ ਕਰਕੇ ਹਾਸ਼ੀਏ 'ਚ ਚਲੀ ਗਈ। ਵਿਕਰਮਜੀਤ, ਵਿਕਰਮਜੀਤ, ਕੋਈ ਵੀ ਪਾਰਟੀ ਦਾ ਹਸ਼ਾ ਰਹੀ ਹੁਣ ਆਪਾਂ ਪੰਜਾਬ ਦੇ ਨਾਲ ਨਾਲ ਪੂਰੇ ਦੇਸ਼ ਦੀ ਵੀ ਗੱਲ ਕਰ ਰਹੇ ਹਾਂ। ਵਿਕਰਮਜੀਤ, ਦੇਸ਼ ਦੇ ਵਿੱਚ ਸਪੇਸ ਹੈਗੀ ਆ ਕਿਸੇ ਹੋਰ ਅਲਟਰਨੇਟਿਵ ਦੀ? ਦੇਖੋ ਜੀ, ਆਈ ਐਮ ਕੁਆਈਟ ਪੈਸਮਿਸਟਿਕ ਆਫਟਰ ਦਿਸ ਰਿਜ਼ਲਟ ਕਿ ਕੋਈ ਦੇਸ਼ ਵਿੱਚ ਕਿਸੇ ਅਲਟਰਨੇਟਿਵ ਪੋਲੀਟਿਕਸ ਦੀ ਸਪੇਸ ਜ਼ਿਆਦਾ ਹੈਗੀ ਹੈ, ਕਿਉਂਕਿ ਤੁਸੀਂ ਦੇਖੋ ਆਮ ਆਦਮੀ ਪਾਰਟੀ ਦਾ ਵੀ ਐਕਸਪੈਰੀਮੈਂਟ ਆਇਆ, ਉਹਨਾਂ ਨੇ ਵੀ ਆਪਣੇ ਲੜ ਮਾਰ ਕੇ ਉਹਨਾਂ ਨੇ ਆਪਣੀ ਕ੍ਰੈਡੀਬਿਲਿਟੀ ਇੰਨੀ ਲੋਕ ਕੀਤੀ ਕਿ ਅੱਜ ਇੱਕ ਮਸਾਂ ਸੀਟ ਮਿਲੀ ਹੈ ਇਹਨਾਂ ਨੂੰ ਪੰਜਾਬ ਵਿੱਚ। ਦਿੱਲੀ ਦੇ ਹੈਵ ਲੋਸਟ ਆਲ 7 ਸੀਟਸ, ਕਿਉਂਕਿ ਹੁਣ ਜੋ ਫਿਨੋਮੀਨਨ ਆ ਰਿਹਾ ਹੈ ਇਟ ਇਜ਼ ਆਫ ਮਾਸ ਮੈਸੇਜਿੰਗ ਥਰੂ ਯੂਜ਼ ਆਫ ਪਾਵਰ, ਮਨੀ, ਮੀਡੀਆ। ਲੋਕਾਂ ਦੇ ਮਾਇੰਡ ਤੁਸੀਂ, ਉਹ ਕਹਿੰਦੇ ਨਾ ਮੈਨੂਫੈਕਚਰਡ ਕੰਸੈਂਟ ਥਰੂ ਮੀਡੀਆ, ਥਰੂ ਮੀਡੀਆ ਮੈਨੀਪੂਲੇਸ਼ਨ, ਸੋਸ਼ਲ ਮੀਡੀਆ ਮੈਸੇਜਿੰਗ। ਜਿਹਦੇ ਕੋਲ ਪੈਸਾ ਜ਼ਿਆਦਾ ਹੈ ਉਹ ਮਾਸਟਰ ਆਫ ਮੈਸੇਜ ਹੈ, ਔਰ ਮੈਨੂੰ ਲੱਗਦਾ ਕਿ ਜਿਹੜਾ
ਪੋਲੀਟਿਕਸ ਵਿੱਚ ਬੰਦਾ ਆਉਂਦਾ ਹੈ ਵਿਦ ਅ ਕਲੀਨ ਹਾਰਟ ਕਿ ਮੈਂ ਜੈਨੂਨਲੀ ਲੋਕਾਂ ਲਈ ਕੰਮ ਕਰਾਂ, ਕੋਈ ਪਰਿਵਾਰਵਾਦ ਵਿੱਚ ਨਾ ਪਾਵਾਂ ਕਰਪਸ਼ਨ, ਉਹ ਵਿਚਾਰਾ ਗੱਲਾਂ ਦੇ ਵਧੀਆ ਕਰਦਾ ਪਰ ਇਟ ਵਿਲ ਬੀ ਲੈਫਟ ਟੂ ਟੀਵੀ ਡਿਬੇਟਸ ਓਨਲੀ, ਕਿਉਂਕਿ ਅਸਲੀ ਦੇ ਬੰਦੇ ਜਿਹੜੇ ਜਿੱਤਰੇ ਨੇ ਉਹਨਾਂ ਕੋਲ ਡੀਪ ਪੋਕਿਟਸ ਨੇ, ਦੇ ਆਰ ਮਾਸਟਰਸ ਔਫ ਦਾ ਮੀਡੀਆ, ਦੇ ਆਰ ਮਾਸਟਰਸ ਔਫ ਮੈਸੇਜਿੰਗ। ਹੁਣ ਤੁਸੀਂ ਦੇਖੋ ਮੋਦੀ ਸਾਹਿਬ ਬੜੇ ਰਾਈਟਲੀ ਕਹਿੰਦੇ ਨੇ ਕਿ ਡਾਇਨੈਸਟੀ ਬੜੀ ਖਰਾਬ ਹੈ ਇਸ ਦੇਸ਼ ਲਈ, ਉਹ ਗਾਂਧੀ ਫੈਮਿਲੀ ਨੂੰ ਕੋਂਸਟੈਂਟਲੀ ਟਾਰਗੇਟ ਕਰਦੇ ਨੇ ਡਾਇਨੈਸਟੀ 'ਤੇ, ਉਹ ਬੜੀ ਠੀਕ ਗੱਲ ਹੈ ਕਿ ਡਾਇਨੈਸਟਿਕ ਹੈ। ਤੁਸੀਂ ਦੇਖੋ ਮੋਦੀ ਸਾਹਿਬ ਦੇ ਸਭ ਤੋਂ ਵੱਡੇ ਲਾਇਲਿਸਟ ਨੇ ਬਾਦਲ ਫੈਮਿਲੀ, ਔਰ ਜਿੰਨੀ ਡੀਪ ਇੰਟਰੈਂਚਡ ਡਾਇਨੈਸਟੀ ਬਾਦਲ ਫੈਮਿਲੀ ਹੈ ਇਸ ਦੇਸ਼ ਵਿੱਚ ਕੋਈ ਫੈਮਿਲੀ ਨਹੀਂ ਹੈਗੀ, ਠੀਕ ਹੈ। ਤੁਸੀਂ ਦੇਖੋ ਮਾਨਿਕਾ ਗਾਂਧੀ ਔਰ ਉਹਦੇ ਬੇਟੇ ਨੂੰ ਬੀਜੇਪੀ ਨੇ ਟਿਕਟਾਂ ਦਿੱਤੀਆਂ, ਜਿਹੜਾ ਹਰਿਆਣੇ ਦਾ ਯੂਨੀਅਨ ਮਿਨਿਸਟਰ ਚੌਧਰੀ ਬਰਿੰਦਰ ਸਿੰਘ ਔਰ ਉਹਦੇ ਮੁੰਡੇ ਨੂੰ IAS ਤੋਂ ਰਿਟਾਇਰ ਕਰਕੇ ਉਹਨੂੰ ਟਿਕਟ ਦਿੱਤੀ। ਨਾ ਇਹ ਕ੍ਰੈਡੀਬਿਲਿਟੀ ਕੀ ਹੈ ਆਫ ਐਂਟੀ ਡਾਇਨੈਸਟੀ ਵੈਨ ਤੁਹਾਡੇ ਜਿਹੜੇ ਵੱਡੇ ਲੋਇਲਿਸਟ ਯੂਨੀਅਨ ਮਿਨਿਸਟਰਸ ਨੇ ਦੋ, ਉਹਨਾਂ ਦੇ ਮੁੰਡਿਆਂ ਨੂੰ ਤੁਸੀਂ ਟਿਕਟਾਂ ਦੇ ਰਹੇ ਹੋ। ਬਾਦਲ ਫੈਮਿਲੀ ਇੰਨੀ ਜ਼ਿਆਦਾ ਇੰਟਰੈਂਚਡ ਹੈ, ਉਹਨਾਂ ਦੇ ਬਾਦਲ ਫੈਮਿਲੀ 'ਤੇ ਕਰਪਸ਼ਨ ਦੇ ਇੰਨੇ ਵੱਡੇ ਵੱਡੇ ਐਲੀਗੇਸ਼ਨ ਲੱਗੇ ਨੇ, ਯੈਟ ਯੂ ਆਰ ਟਾਕਿੰਗ ਆਫ ਐਂਟੀ ਡਾਇਨੈਸਟੀ ਐਂਡ ਐਂਟੀ ਕਰਪਸ਼ਨ। ਸਵੈਤ ਸਾਹਿਬ, ਇਹ ਡਾਇਨੈਸਟੀ ਵਾਲੀ ਜਦੋਂ ਗੱਲ ਆਉਂਦੀ ਹੈ ਕਾਂਗਰਸ ਆਟੋਮੈਟਿਕਲੀ ਇੰਟਰਕਨੈਕਟ ਹੋ ਜਾਂਦੀ ਹੈ, ਕਿਉਂਕਿ ਇਹ ਸ਼ੁਰੂਆਤ ਜਿਸ ਪਰਿਵਾਰ ਤੋਂ ਹੁੰਦੀ ਹੈ ਔਰ ਜਿਸ ਪਰਿਵਾਰ ਦੇ ਆਲੇ ਦੁਆਲੇ ਘੁੰਮ ਰਹੇ ਹੋ। ਹੁਣ ਲੱਗਦਾ ਹੈ ਕਿ ਇਹ ਜਿਹੜਾ ਸੈਕਿੰਡ ਰਿਜ਼ਲਟ ਇੰਨਾ ਵੱਡਾ ਸ਼ੌਕਿੰਗ ਹੈਗਾ ਕਾਂਗਰਸ ਦੇ ਲਈ, ਜਿਸ ਦੇ ਵਿੱਚ ਫਿਰ ਤੁਸੀਂ ਡਬਲ ਡਿਜਿਟ ਤੱਕ ਹੀ ਰਹਿ ਗਏ ਹੋ, ਉਸ ਤੋਂ ਬਾਅਦ ਇਹ ਡਾਇਨੈਸਟੀ ਨੂੰ ਕਿਤੇ ਨਾ ਕਿਤੇ ਛੱਡਣਾ ਹੋਏਗਾ ਔਰ ਕੁਛ ਨਵਾਂ ਸੋਚਣਾ ਹੋਏਗਾ ਕਾਂਗਰਸ ਨੂੰ? ਦੇਖੋ ਮੈਂ ਤਾਂ ਕਹਿ ਚੁੱਕਾ ਜੀ ਕਿ ਪਾਰਟੀ ਨੂੰ ਕੋਰਸ ਕੁਰੈਕਸ਼ਨ ਕਰਨ ਦੀ ਲੋੜ ਹੈ ਅਤੇ ਕਰਨਾ ਪਏਗਾ, ਅਦਰਵਾਈਜ਼ ਪਰਿਵਾਰ ਤੋਂ ਬਾਹਰ ਆਊਗੇ। ਅਦਰਵਾਈਜ਼ ਇਹਦੇ ਵਿੱਚ ਸਭ ਕੁਛ ਸਾਰੇ ਗੱਲਾਂ ਆ ਜਾਂਦੀਆਂ ਨੇ ਜੀ। ਅਗਰ ਤੁਸੀਂ ਇਸ ਮੋਦੀ ਦੇ ਕਿਲੇ ਦੇ ਵਿੱਚ ਜਾਂ ਭਾਜਪਾ ਜਿਹੜਾ ਕਿਲਾ ਖੜਾ ਕਰਤਾ ਇਹਨਾਂ ਨੇ, ਇਹ ਸੇਧ ਲਾਉਣੀ ਹੈ ਤਾਂ ਬਹੁਤ ਕੁਛ ਕਰਨਾ ਪਏਗਾ ਜੀ। ਅਤੇ ਕਿਤੇ ਨਾ ਕਿਤੇ ਮੈਂ ਕਹਿੰਦਾ ਕਿ ਆਲਟਰਨੇਟਿਵ ਦੀ ਤਾਂ ਮੇਰੇ ਮਨ 'ਚ ਹੈ ਕਿ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ, ਮੇਰੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਥਰਡ ਫਰੰਟ ਦੀ ਹੈ, ਬਦਲ ਦੀ ਇੱਕ ਚਾਹਨਾ ਹੈਗੀ ਹੈ, ਲੇਕਿਨ ਆਮ ਆਦਮੀ ਪਾਰਟੀ ਦਾ ਐਕਸਪੈਰੀਮੈਂਟ ਫੇਲ ਹੋ ਗਿਆ। ਪਤਾ ਨਹੀਂ ਦੁਬਾਰਾ ਇਹ ਬਦਲ ਤੀਜਾ ਕਦੋਂ ਆਏਗਾ ਜਾਂ ਨਹੀਂ ਆਏਗਾ, ਪਰ ਜੇ ਆਏਗਾ ਤਾਂ ਲੋਕਾਂ ਦੇ ਭਲੇ ਵਾਸਤੇ। ਗਾਂਧੀ ਪਰਿਵਾਰ ਤੋਂ ਅੱਗੇ ਕਾਂਗਰਸ ਸੋਚਦੀ ਪਈ ਨਹੀਂ? ਦੇਖੋ ਸੋਚਣਾ ਪਏਗਾ ਜੀ, ਲਾਸਟ ਕਿ ਆਲਟਰਨੇਟਿਵ ਪੋਲੀਟਿਕਸ ਜਦ ਆਉਂਦੀ ਵੀ ਹੈ, ਤੁਸੀਂ ਦੇਖੋ ਕਿ ਜਿਹੜੀ ਇਹ ਦੋ ਮੇਨ ਪਾਰਟੀ ਸੀ ਕਾਂਗਰਸ ਔਰ ਬੀਜੇਪੀ, ਇਹਨਾਂ ਨੇ ਪੰਜਾਬ ਵਿੱਚ ਇਕੱਠੇ ਹੋ ਕੇ ਥਰਡ ਐਕਸਪੈਰੀਮੈਂਟ ਨੇ ਕਿਸ ਤਰ੍ਹਾਂ ਜ਼ੋਰ ਦੀ ਚੋਟ ਮਾਰੀ, ਗੈਂਗ ਅਪ ਆਫ ਦੀ ਮੇਨ ਪਾਰਟੀਜ਼ ਕਿ ਇਹ ਨਾ ਕਿਤੇ ਆ ਜਾਣ, ਅਸੀਂ ਆਪਣੇ ਵਿੱਚ ਸਮਝੌਤਾ ਕਰਕੇ ਇੱਕ ਇਲੈਕਸ਼ਨ ਮੈਂ ਜਿੱਦਾਂ, ਦੂਜੀ ਇਲੈਕਸ਼ਨ ਤੂੰ ਜਿੱਦਾਂ, ਹੈ ਐਂ ਕਰਕੇ, ਪਰ ਇਹ ਤੀਜਾ ਆਲਟਰਨੇਟਿਵ ਨਾ, ਕਿਉਂਕਿ ਇਟਸ ਅ ਰੀਅਲ ਥ੍ਰੈਟ ਟੂ ਦੇਅਰ ਪੋਲੀਟਿਕਸ, ਦੇਅਰ ਪਾਵਰ। ਗੱਲ ਕਰਨੀ ਚਾਹੂੰਗਾ ਕਿ ਜਿਸ ਤਰ੍ਹਾਂ ਸਵੈ ਸਾਹਿਬ ਨੇ ਕਿਹਾ ਵੀ ਥਰਡ ਫਰੰਟ ਕੋਈ ਆਵੇ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਆਈ ਸੀ, ਇਹਨਾਂ ਦੀ ਹਤਾਸ਼ਾ ਨਜ਼ਰ ਆਉਂਦੀ ਹੈ ਇਸ ਗੱਲ ਦੇ ਉੱਤੇ ਕਾਂਗਰਸ ਦੇ ਪ੍ਰਵਕਤਾ ਨੇ ਵੀ ਹੁਣ ਕਾਂਗਰਸ ਤੋਂ ਇਹਨਾਂ ਦਾ ਵਿਸ਼ਵਾਸ ਉੱਠ ਚੁੱਕਿਆ, ਇਹ ਵੀ ਹੁਣ ਥਰਡ ਫਰੰਟ ਲੱਭ ਦੇਣੇ ਕਿ ਥਰਡ ਫਰੰਟ ਜ਼ਿਆਦਾ ਅੱਗੇ ਕੁਝ ਨਹੀਂ ਹੈ। ਮੇਰੇ ਕੋ ਵਕਤ ਹੈ ਨਾ, ਮੇਰੇ ਕੋ ਅਲਟਰਨੇਟਿਵ ਕੁਝ ਨਹੀਂ ਹੈਗਾ, ਮੈਨੂੰ ਤਾਂ ਸਮਾਪਤ ਕਰਨਾ ਪੈਣਾ ਪ੍ਰੋਗਰਾਮ। ਬਹੁਤ ਧੰਨਵਾਦ ਭੁੱਲਰ ਸਾਹਿਬ, ਤੁਹਾਡਾ ਗਦਾਰਾ ਸਾਹਿਬ, ਤੁਹਾਡਾ ਸਵੈ ਸਾਹਿਬ, ਤੁਹਾਡਾ ਵਿਕਰਮ ਜੀ, ਤੁਹਾਡਾ, ਤੁਹਾਨੂੰ ਮੁਬਾਰਕਾਂ ਜਿਹੜੇ ਜਿੱਤੇ ਹੈ ਅਤੇ ਜਿਹੜੇ ਨਹੀਂ ਜਿੱਤੇ ਉਹਨਾਂ ਲਈ ਅੱਗੇ ਦੇ ਲਈ ਸ਼ੁਭਕਾਮਨਾਵਾਂ ਕਿ ਉਹ ਚੰਗਾ ਕੰਮ ਕਰਨ ਅਤੇ ਜਿੱਤਣ। ਪਰ ਚੰਗਾ ਕੰਮ ਕੌਣ, ਕਿਹੜੀ ਸਿਆਸਤ ਕਰਦੀ, ਸਵਾਲ ਇਹ ਹੈਗਾ। ਗਗਨਦੀਪ, ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਬੜਾ ਸਾਥ ਦਿੱਤਾ ਹੈਗਾ। ਅਸੀਂ ਲਗਾਤਾਰ ਚਰਚਾ ਕੀਤੀ ਹੈ, ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਮੁੱਦਿਆਂ ਜ਼ਿਕਰ ਕੀਤਾ ਜਾਵੇ ਜਿਹੜੇ ਮੁੱਦਿਆਂ 'ਤੇ ਤੁਹਾਡਾ ਧਿਆਨ ਰਹਿੰਦਾ ਹੈਗਾ, ਸਾਡਾ ਧਿਆਨ ਰਹਿੰਦਾ, ਜਿਸ ਤੋਂ ਸਾਡਾ ਤੁਹਾਡਾ ਧਿਆਨ ਆ ਪੋਲੀਟਿਕਸ ਪਾਸੇ ਕਰਨ ਦੀ ਕੋਸ਼ਿਸ਼ ਕਰਦੀ ਹੈ। ਪੋਲੀਟਿਕਸ ਨੂੰ ਅਸੀਂ ਜਗਾਉਣਾ ਹੈਗਾ। ਮੋਦੀ ਸਾਹਿਬ ਦੁਆਰਾ ਪ੍ਰਧਾਨ ਮੰਤਰੀ ਬਣੇ, ਉਹਨਾਂ ਨੂੰ ਮੁਬਾਰਕਾਂ ਹੋਣ, ਪਰ ਉਹਨਾਂ ਮੁਬਾਰਕਾਂ ਦੇ ਨਾਲ ਦੇਸ਼ ਲਈ ਉਹ ਮੁਬਾਰਕ ਵਾਲਾ ਜਿਹੜਾ ਵੀ ਕੰਮ ਕਰਨਗੇ, ਅਸੀਂ ਉਹਨਾਂ ਦੇ ਹਰ ਕਦਮ ਦੇ ਨਾਲ ਹੈਗੇ ਹਾਂ। ਪਰ ਜਦੋਂ ਦੇਸ਼ ਦੇ ਹਿੱਤ ਵਿੱਚ ਉਹ ਨਹੀਂ ਕੰਮ ਕਰਨਗੇ, ਫਿਰ ਵਿਰੋਧ ਵੀ ਕੀਤਾ ਜਾਵੇਗਾ। ਅਸੀਂ ਉਸ ਪਾਸੇ ਖੜ੍ਹੇ ਹੋਵਾਂਗੇ ਜਿਹੜੇ ਮੋਦੀ ਸਾਹਿਬ ਦਾ ਸਾਥ ਵੀ ਦੇਣਗੇ, ਮੋਦੀ ਸਾਹਿਬ ਦਾ ਵਿਰੋਧ ਵੀ ਕਰਨਗੇ, ਪਰ ਜੇ ਦੇਸ਼ ਹਿੱਤ ਵਿੱਚ ਨਹੀਂ ਗੱਲ ਹੋਵੇਗੀ ਤਾਂ ਫਿਰ ਵਿਰੋਧ ਦਾ ਝੰਡਾ ਹੋਰ ਬੁਲੰਦ ਹੋ ਜਾਵੇਗਾ। ਸਵਾਲ ਵਿਰੋਧੀ ਪਾਰਟੀ ਕਾਂਗਰਸ 'ਤੇ ਵੀ ਹੈਗੀ ਆ, ਕਿਉਂਕਿ ਜੇ ਕਾਂਗਰਸ ਨੇ ਆਪਦੀ ਭੂਮਿਕਾ ਚੰਗੀ ਤਰੀਕੇ ਨਾਲ ਨਿਭਾਈ ਹੁੰਦੀ ਤਾਂ ਸ਼ਾਇਦ ਜਿਹੜੀ ਇਹ ਪੋਲੀਟਿਕਸ ਦੀ ਗੱਲ ਕਰਦੇ ਪਏ ਆ ਕਿ ਮੋਦੀ ਸਾਹਿਬ ਨੂੰ ਹਰਾਉਣਾ, ਮੋਦੀ ਸਾਹਿਬ ਨੂੰ ਹਰਾਉਣਾ, ਨੈਗੇਟਿਵ ਪੋਲੀਟਿਕਸ ਦੀ ਗੱਲ ਕਰਦੇ ਹੋਏ, ਸ਼ਾਇਦ ਕਾਂਗਰਸ ਨੂੰ ਅਜੇ ਦਿਨ ਨਾ ਦੇਖਣੇ ਪੈਂਦੇ, ਕਾਂਗਰਸ ਦੇ ਪ੍ਰਧਾਨ ਅਮੇਠੀ ਵਿੱਚ ਆਪਣਾ ਕਿਲਾ ਨਾ ਹਾਰ ਜਾਂਦੇ। ਸਵਾਲ ਬਹੁਤ ਸਾਰੇ ਹੈਗੇ ਆ, ਕਿਉਂਕਿ ਵਿਰੋਧ ਆ ਜਿਹੜਾ, ਵਿਰੋਧੀ ਆਵਾਜ਼ ਆ ਜਿਹੜੀ ਉਹ ਮੁੱਕਦੀ ਜਾ ਰਹੀ ਹੈਗੀ। ਜਦੋਂ ਵਿਰੋਧੀ ਆਵਾਜ਼ ਲੋਕਤੰਤਰ ਦੇ ਵਿੱਚੋਂ ਖਤਮ ਹੁੰਦੀ ਹੈ, ਲੋਕਤੰਤਰ ਦੇ ਲਈ ਉਹ ਖਤਰਾ ਹੁੰਦਾ, ਅਤੇ ਜੇ ਇਹ ਖਤਰਾ ਪੈਦਾ ਹੋਊਗਾ ਤਾਂ ਅਸੀਂ ਆਵਾਜ਼ ਤੋਂ ਜਿਹਨਾਂ ਨੇ ਇਸ ਵਿਚਾਰ ਚਰਚਾ ਵਿੱਚ ਸ਼ਮੂਲੀਅਤ ਕੀਤੀ ਹੈਗੀ ਆ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਕਤ ਕੱਢਿਆ, ਜਿਨ੍ਹਾਂ ਨੇ ਸਾਨੂੰ ਦੇਖਿਆ, ਸੁਣਿਆ, ਅਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨਾਂ ਮੁੱਦਿਆਂ ਦਾ ਜ਼ਿਕਰ ਕੀਤਾ, ਤੁਹਾਡੀ ਵਜ੍ਹਾ ਕਰਕੇ ਅਸੀਂ ਜ਼ਿਕਰ ਕੀਤਾ ਹੈਗਾ। ਬਹੁਤ ਧੰਨਵਾਦ।